ਸੁਖ ਤੁਝੀ ਪਾ ਮੇਰਾ ਦੁੱਖ ਸੁਖ ਤੁਝੀ ਪਾ ਕਰ ਕਿਰਪਾਲ ਆਪੇ ਬਖਸ਼ ਲੈ ਸਦਾ ਸਤਿਗੁਰ ਸਤਿਗੁਰ ਪਾਏ ਪੈ ਪਾਏ ਪੈ ਆਨੰਦ ਗੁਣੀ ਗਰੀਬ ਨਿਵਾ
ਸਭ ਰਾਜਨ ਕੇ ਰਾਜਾ ਤੁਮ ਹੋ, 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 ਸਭ ਰਾਜਨ ਕੇ ਰਾਜਾ ਤੁਮ ਹੋ। ਆਪਿਆ ਰਾਜਾ ਤੁਮ ਹੋ।
ਪ੍ਰਤ ਪਾਰਾ ਕਰੋ ਪ੍ਰਤ ਪਾਰਾ ਪ੍ਰਤ ਪਾਰਾ ਪ੍ਰਤ ਪਾਰਾ ਆਪਣਾ ਜਾ ਸਦਾ ਚੁੱਕ
ਮੇਰੇ ਰਾਮ ਮੇਰੇ ਰਾਮ। ਹਰ ਜਨ ਕੈ ਬਲ ਜਾਇ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਮੇਰੇ ਰਾਮ ਜਨ ਕੈ ਬਲ ਜਾਇ ਹਾਂ ਬਲ ਜਾਇ ਹਰ ਜਨ ਕੈ ਜਨ ਕੈ ਬਲ ਜਾਇ ਹਾਂ ਬਲ ਜਾਇ ਹਰ ਜਨ ਕੈ ਬਲ ਜਾਇ ਮੇਰੇ ਰਾਮ ਮੇਰੇ
अर्जन के हो बल जाई, हो बल जाई अर्जन के हो बल जाई। जन्म मरण दोहु मेहनाई, जन पर उपकारी आए, जन्म जन्म मरण दोहु नाही, जन पर उपकारी आए, जन पर उपकारी आए, जन पर उपकारी आए, जन्म मरण दोहु मेहनाई, जन पर उपकारी आए, दीवान ते भक्ति लाएन हर सोले अर्जन के हो बल जाई, ओ बल जाई अर्जन के हो बल जाई, मेरे राम मेरे राम मेरे राम, अर्जन के हो बल जाई हर जन के हो बल जाई।
ਅਰਜਨ ਕੈ ਹੋ ਬਲ ਜਾਇ, ਓ ਬਲ ਜਾਇ, ਅਰਜਨ ਕੈ ਹੋ ਬਲ ਜਾਇ, ਓ ਬਲ ਜਾਇ, ਅਰਜਨ ਕੈ ਹੋ ਬਲ ਜਾਇ, ਅਰਜਨ ਕੈ ਹੋ ਬਲ ਜਾਇ, ਅਰਜਨ ਕੈ ਹੋ ਬਲ ਜਾਇ। ठाकुर गईए गईए आत्म रंग गईए ਠਾਕੁਰ ਗਈਏ
सहज समावन संग ठाकुर गइए, ठाकुर गइए, गइए आत्म रंग, गइए आत्म रंग, गइए आत्म रंग, गइए आत्म रंग, ठाकुर गइए। जाको हर रंग लागो इस जुग में, सो कहियत है सूरा, सो सो कहियत है जाको हर रंग लागो इस जुग में, तन जियो तेह को जग में, मुख ते हर चित में जुद बिचारे, देह अनित ना नित रहे, जस नाव चढ़े कब सागर तारे, तीरज ताम बनाए है तन, तीरज ताम दीपक जो जियार, ज्ञान की बंडनी मन हो हाथ ले, कतरता कुतवा जाको हर रंग लागो इस जुग में, सो कहियत है सूरा, आत्म लिने सगल वसता के जाका सतगुर पूरा, जा
ਠਾਕੁਰ
ਸੁਆਮੀ ਪਾਵਨ ਨਾਮ ਧਿਆਵਨ ਸਹਿਜ ਸਮਾਵ ਸਸ ਹੇ ਕਰਣਾਨੰਦ ਮੇਰੀ ਅਬੈ ਬਿਨਤੀ ਸੁਣ ਲੀਜੈ ਹੇ ਰਬ ਹੇ ਸਸ ਹੇ ਕਰਣਾਨਿਤ ਹੇ ਕਰਣਾ ਹੇ ਰਬ ਹੇ ਸਸ Thank you.
ਹਰ ਸ਼ਾਮ ਹੈ ਬਰਦੀ ਹੇ ਰਬ ਹੇ ਸਸ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਕਰਮ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਇਸੋ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਤੁਹੇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਦੇ ਮੁਖ ਉਚੇਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਰਵ ਬ੍ਰਹਿਮੰਡ ਦੇ ਸਿਰਜਕ ਸਰਬ ਕਾਇਨਾਤ ਦੇ ਕਰਤਾ ਦਸ ਗੁਰੂ ਸਾਹਿਬਾਨ ਦੀ ਜਗਤੀ ਜੋਤ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਪ੍ਰਾਪਤਕਾਰੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਕਲਪਨਾ ਕਰੋ ਨਿਗਾਹ ਮਾਰੋ ਨਜ਼ਰ ਉੱਥੇ ਲੈ ਜਾਓ ਜਦ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਮਰਦੇ ਮੋਦਾਏ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਅਨੇਕਾਂ ਸ਼੍ਰੋਮਣੀ ਸਿੰਘ ਜਨਰਲ ਸੁਵੇਗ ਸਿੰਘ ਜਨਰਲ ਸੁਵੇਗ ਸਿੰਘ ਦੇ ਨਾਲ ਸਿਰਮੌਰ ਸਾਥੀ ਭੁਚੰਗੀ ਲੋਕਾਈ ਗੁਰਧਾਮਾਂ ਦੀ ਰੱਖਿਆ ਕਰਦੀ ਮਹਾਂਪੁਰਖਾਂ ਦੀ ਅਗਵਾਈ ਥੱਲੇ ਸ਼ਹੀਦੀਆਂ ਪ੍ਰਾਪਤ ਕਰਕੇ 35ਵੀਂ ਬਰਸੀ 35ਵੀਂ ਉਹ ਦਿਨ ਵਰਵਿੰਦਰੇ ਦਿਲਾਂ ਨਾਲ ਫਿਰ ਮਨਾ ਰਹੇ ਹਾਂ ਫਿਰ ਉਹ ਦਿਨ ਨੇ ਫਿਰ ਉਹ ਹਫ਼ਤਾ 1 ਜੂਨ ਤੋਂ ਆਰੰਭ ਹੋ ਜਾਣਾ ਗੁਰਸਿੱਖ ਵੀਰੋ ਆਵੋ ਉਹਨਾਂ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੋ ਇਹ ਲੜੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਗੁਰਮਤਿ ਸਮਾਗਮਾਂ ਦੀ ਲੜੀ ਗੁਰਦਾਸਪੁਰ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਜ਼ਿਲ੍ਹੇ ਆਰੰਭ ਕੀਤੀ ਹੈ ਹਮੇਸ਼ਾ ਵਾਂਗ ਟਕਸਾਲ ਨੇ ਆਪਣਾ ਮੋਹਰੀ ਰੋਲ ਅਦਾ ਕੀਤਾ ਅੱਜ ਉਹਦਾ ਫਿਰ ਇਹ ਸਮਾਗਮ ਇਸ ਪਿੰਡ ਹੈ
ਮੈਂ ਸੰਤ ਮਹਾਂਪੁਰਖਾਂ ਨੂੰ ਇੱਥੇ ਪੁੱਜਣ 'ਤੇ ਜਿਉਂ ਕਹਿੰਦਾ ਹੈ, ਸਤਿਕਾਰ ਦਿੰਦਾ ਸੰਗਤ ਵੱਲੋਂ। ਆਪ ਜੀ ਪੁੱਜੇ ਨੇ, ਬਿਰਾਜਮਾਨ ਨੇ। ਆਪ ਜੀ ਦੀ ਰਸਨਾ ਤੋਂ ਅਸੀਂ ਹੁਣ ਗੁਰ ਇਤਿਹਾਸ ਸਰਵਣ ਕਰਦਾ ਹੈ, ਉਪਰੰਤ ਕੁਝ ਵਿਚਾਰਾਂ ਕਰਦੀਆਂ ਹੈ ਬਰਸੀ ਮਨਾਉਣ ਦੀਆਂ। ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ, ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੂਨ ਪੂਨ ਸੀਸਾ, ਪੂਨ ਪੂਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ।
ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਕਾਲੂ ਚਾਊ ਬੰਮੀਆਂ, ਗੋਇੰਦ ਘੇਈ ਆਨ, ਮੂਲਾ ਹੇਮ ਕਪਾਹੀਆ, ਧਾਰੋ ਸੂਲ ਮਹਾਨ, ਕਾਲੂ ਚਾਊ ਬੰਮੀਆਂ। ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਪਾਵਨ ਪਵਿੱਤਰ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਨਗਰ ਚੰਨਣ ਕੇਆਂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ, ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬਾਬਾ ਚੰਨਣ ਜੀ ਦੇ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਘੱਲੂ ਘਰ ਆ, ਜਿਸ ਘੱਲੂ ਘਾਰੇ ਨੂੰ ਸਮਰਪਿਤ ਇਹ ਸਮੁੱਚੇ ਸ਼ਹੀਦੀ ਦੀਵਾਨ ਸਮੁੱਚੇ ਇਲਾਕਾ ਭਰ ਦੇ ਵਿੱਚ ਸ਼ਹੀਦਾਂ ਦੀ ਚੜਾਈ ਜਾਂਦੀ ਹੈ। ਉਸ ਦੌਰਾਨ ਇੱਕ ਦਿਨ ਦੇ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ ਇਸ ਅਸਥਾਨ 'ਤੇ ਰੱਖੇ ਹਨ। ਆਪ ਜੀ ਨੇ ਜਥੇ ਦੇ ਛੋਟੇ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਆਓ ਸੰਗਤ ਜੀ, ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਪਹਿਲਾਂ ਆਪਾਂ ਗੁਰ ਇਤਿਹਾਸ ਦੇ ਪ੍ਰਸੰਗ ਦੀ ਵਿਚਾਰ ਕਰਾਂਗੇ, ਇਸ ਲਈ ਉਸ ਤੋਂ ਉਪਰੰਤ 1984 ਦੇ ਘੱਲੂ ਘਾਰੇ ਦੇ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਵੀ ਕੁਝ ਸਮਾਂ ਬੇਨਤੀ ਕੀਤੀ ਜਾਏਗੀ। ਆਓ ਆਪ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਹਜ਼ੂਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਸੁਲਤਾਨਪੁਰ ਸਾਹਿਬ ਜੀ ਦੇ ਰਹਿਣ ਵਾਲੇ ਸਿੱਖ, ਇਹ 16 ਸਿੱਖ ਹਨ, ਜੇ ਭਿੱਖਾ ਅਤੇ ਟੋਡਾ 2 ਇਹ ਭੱਟ ਹਨ। ਇਹਨਾਂ ਦੀ ਬਾਣੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟਾਂ ਦੇ ਸਵਈਆਂ ਵਿੱਚ ਜਿੱਥੇ ਆਪਾਂ ਪੜ੍ਹਦੇ ਹਾਂ, ਭਿੱਖੇ ਕੇ
ਉੱਥੇ ਇਹਨਾਂ ਗੁਰਮੁਖਾਂ ਦਾ ਵੀ ਜ਼ਿਕਰ ਆਉਂਦਾ ਹੈ, ਮਹਾਂਪੁਰਖਾਂ ਦਾ ਵੀ ਜ਼ਿਕਰ ਆਉਂਦਾ ਹੈ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ 15 ਭਗਤਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੰਕਿਤ ਕੀਤੀ ਹੈ, ਉੱਥੇ 17 ਭੱਟਾਂ ਦੀ ਵੀ ਬਾਣੀ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਅੰਕਿਤ ਕਰਕੇ ਸੁਭਾਈਮਾਨ ਕੀਤੀ ਹੈ। ਜੋ ਭੱਟਾਂ ਦੇ ਸਵਈਏ ਜਿਨ੍ਹਾਂ ਵਿੱਚੋਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਸ਼ੁਰੂ ਹੁੰਦੀ ਹੈ, ਉਦੋਂ ਗੁਰਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਅਤੇ ਪ੍ਰੇਮ ਵਿੱਚ ਭਿੱਜ ਕੇ ਸਤਿਗੁਰੂ ਜੀ ਦਾ ਮਹਾਨ ਜਸ ਸਤੋਤਰ ਰੂਪ ਦੇ ਵਿੱਚ ਭੱਟਾਂ ਦੇ ਸਵਈਆਂ ਦੀਆਂ ਪੌੜੀਆਂ ਸੰਗਤਾਂ ਬੜੇ ਪ੍ਰੇਮ ਨਾਲ ਉਚਾਰਨ ਕਰਦੀਆਂ ਹਨ। ਔਰ ਜਿੰਨਾ ਚਿਰ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਰਹਿੰਦਾ ਹੈ ਉਹਨਾਂ ਚਿਰ ਫਿਰ ਕੀਰਤਨ ਰੋਕ ਕੇ ਭੱਟਾਂ ਦੇ ਸਵਈਆਂ ਦੇ ਵਿੱਚੋਂ ਪੌੜੀਆਂ ਦਾ ਪਾਠ ਇੱਕ ਇੱਕ ਗੁਰਸਿੱਖ ਬੜੀ ਸ਼ਰਧਾ ਨਾਲ ਅੱਗੇ ਆ ਕੇ ਸਰਵਣ ਕਰਵਾਉਂਦੇ ਹੈ। ਕਿਉਂਕਿ ਇਹ ਸਵਈਏ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਭੱਟਾਂ ਨੇ ਆ ਕੇ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ, ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ, ਸਵਈਏ ਮਹੱਲੇ ਪੰਜਵੇਂ ਕੇ, ਪੰਜ ਗੁਰੂ ਸਾਹਿਬਾਨਾਂ ਦੇ ਪ੍ਰਥਾਏ ਸਵਈਏ ਜਿਹੜੇ ਉਚਾਰੇ ਹੈ, ਇਹ ਭੱਟਾਂ ਵੱਲੋਂ ਗੁਰੂ ਕੀ ਮਹਿਮਾ, ਗੁਰੂ ਕਾ ਜਸ, ਗੁਰੂ ਕੀ ਕੀਰਤੀ, ਗੁਰੂ ਕੀ ਵਡਿਆਈ ਕੀਤੀ ਗਈ ਹੈ। ਸੋ ਸਾਧ ਸੰਗਤ ਜੀ, ਆਓ ਆਪਾਂ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਗੁਰਸਿੱਖ ਜਿਸ ਸੁਲਤਾਨਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਮੁੱਚਾ ਸਿੱਖ ਪੰਥ, ਸਮੁੱਚਾ ਸਿੱਖ ਜਗਤ, ਸਮੁੱਚੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਸਾਧ ਸੰਗਤ ਜੀ, 10, 11, 12 ਨਵੰਬਰ ਨੂੰ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 550 ਸਾਲਾ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਆਪਾਂ। ਸੰਗਤਾਂ ਵਿੱਚ ਬੜਾ ਭਾਰੀ ਉਤਸ਼ਾਹ ਹੈ, ਦੁਨੀਆ ਭਰ ਦੇ ਸਿੱਖ ਇਸ ਸ਼ਤਾਬਦੀ ਲਈ ਬੜੀ ਤੀਬਰ ਤਾਂਘ ਰੱਖ ਰਹੇ ਹੈ, ਔਰ ਹਰ ਸਿੱਖ ਦੇ ਮਨ ਵਿੱਚ ਬੜਾ ਚਾਅ ਹੈ ਕਿ ਅਸੀਂ ਯਥਾ ਯੋਗ ਜਿੰਨੀ ਵੀ ਕੋਈ ਸੇਵਾ ਕਰਕੇ ਆਪਣਾ ਯੋਗਦਾਨ ਪਾ ਸਕਦੇ ਹਾਂ ਹਰ ਸਿੱਖ ਪਾਵੇ, ਔਰ ਪਾਉਣਾ ਵੀ ਜ਼ਰੂਰੀ ਚਾਹੀਦਾ ਹੈ। ਸਾਡੇ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ 550 ਸਾਲਾ ਪ੍ਰਕਾਸ਼ ਅਵਤਾਰ ਗੁਰਪੁਰਬ ਦੀ ਸ਼ਤਾਬਦੀ ਆਪਾਂ ਮਨਾ ਰਹੇ ਹਾਂ। ਇਹ ਸਾਡੇ ਉੱਤੇ ਸਾਰੀਆਂ ਬਖਸ਼ਿਸ਼ਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀਆਂ ਹਨ। ਉਹਨਾਂ ਸਤਿਗੁਰਾਂ ਨੇ ਸਿੱਖ ਪੰਥ ਨੂੰ ਜਨਮ ਦਿੱਤਾ ਇਹ ਸੰਸਾਰ ਉੱਤੇ, ਇਸ ਲੋਕਾਈ ਦੇ ਉੱਤੇ ਸਤਿਗੁਰੂ ਜੀ ਨੇ ਸੰਸਾਰ ਦੇ ਕੋਨੇ ਕੋਨੇ ਵਿੱਚ ਜਾ ਕੇ ਕਿੰਨੇ ਭਾਰੀ ਮਹਾਨ ਪਰਉਪਕਾਰ ਕੀਤੇ। ਜਗਤ ਡਲੰਦਾ ਰੱਖ ਲੈ ਆਪਣੀ ਕਿਰਪਾ ਧਾਰ,
ਦਿੱਤ ਦੁਆਰਾ ਉਭਰੈ ਤਿੱਤੈ ਲਹੋ ਬਾਰ ਜਗਤ ਲੰਦੇ ਨੂੰ ਠਾਰਿਆ ਮਹਾਨ ਰਹਿਮਤਾਂ ਕਰਕੇ ਇਸ ਲੋਕਾਈ ਨੂੰ ਨਵਾਜਿਆ ਉਹਨਾਂ ਸਤਿਗੁਰਾਂ ਦੀ ਯਾਦ ਵਿੱਚ ਆਪਾਂ ਸਾਰਿਆਂ ਨੇ ਜੁੜਨਾ ਯਥਾ ਸ਼ਕਤ ਉੱਥੇ ਆਪਣਾ ਸੇਵਾ ਵਿੱਚ ਵੀ ਯੋਗਦਾਨ ਜਿੱਥੇ ਜਿੱਥੇ ਵੀ ਕੋਈ ਸਤਿਗੁਰੂ ਜੀ ਦੀ ਯਾਦ ਵਿੱਚ ਆਪਣਾ ਯੋਗਦਾਨ ਪਾ ਸਕਦਾ ਪਾਉਣਾ ਹੀ ਪਾਉਣਾ ਹੈ ਔਰ ਹਾਜ਼ਰੀਆਂ ਵੀ ਵੱਧ ਚੜ੍ਹ ਕੇ ਆਪਾਂ ਭਰਨੀਆਂ ਹਨ ਉੱਥੋਂ ਦੇ ਰਹਿਣ ਵਾਲੇ ਇਹ 16 ਸਿੱਖ ਜਿਨ੍ਹਾਂ ਦੇ ਅੱਜ ਪ੍ਰਸੰਗ ਆਪ ਸੁਣ ਰਹੇ ਹੋ ਇਹ 16 ਗੁਰਸਿੱਖਾਂ ਦੀ ਕਥਾ ਹੈ ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਆ ਰਹੇ ਹਨ ਬਹੁਤ ਹੀ ਰਸਦਾਇਕ ਕਥਾ ਹੈ ਸੁਣੋ ਕਿਉਂਕਿ ਇਹ ਜਿਹੜੀ ਪਾਵਨ ਪਵਿੱਤਰ ਕਥਾ ਹੈ ਨਾ ਸੰਗਤ ਦੀ ਇਹ ਕੇਵਲ ਸੁਣਨ ਵਾਸਤੇ ਨਹੀਂ ਇਹਦੇ ਵਿੱਚੋਂ ਬਹੁਤ ਭਾਰੀ ਸਿੱਖਿਆ ਸਾਨੂੰ ਸਾਡੇ ਜੀਵਨ ਵਿੱਚ ਕਮਾਉਣ ਵਾਸਤੇ ਵੀ ਮਿਲਦੀ ਹੈ ਔਰ ਸਾਨੂੰ ਬੜਾ ਵੱਡਾ ਗਿਆਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਔਰ ਇਸ ਕਥਾ ਦੁਆਰਾ ਸਾਡੇ ਉੱਤੇ ਗੁਰੂ ਕੀਆਂ ਅਪਾਰ ਰਹਿਮਤਾਂ ਵੀ ਸਾਨੂੰ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਹਨ ਔਰ ਜੇ ਸ਼ਰਧਾ ਭਾਵਨਾ ਨਾਲ ਗੁਰੂ ਕੇ ਇਹਨਾਂ ਉਪਦੇਸ਼ਾਂ ਨੂੰ ਜਿਹੜੇ ਉਪਦੇਸ਼ ਉਹਨਾਂ ਸਿੱਖਾਂ ਨੂੰ ਦਿੱਤੇ ਇਹਨਾਂ ਵਿੱਚੋਂ ਅਸੀਂ ਵੀ ਕੁਝ ਨਾ ਕੁਝ ਆਪਣੇ ਜੀਵਨ ਵਿੱਚ ਧਾਰਨ ਕਰਕੇ ਕਮਾ ਸਕੀਏ ਤਾਂ ਸਾਡਾ ਜੀਵਨ ਵੀ ਸਫਲ ਹੋਏਗਾ ਕੇਵਲ ਉਹਨਾਂ ਸਿੱਖਾਂ ਦਾ ਜੀਵਨ ਨਹੀਂ ਸਫਲ ਹੋਇਆ ਜਿਹੜਾ ਜਿਹੜਾ ਸੁਣੇਗਾ ਮੰਨੇਗਾ ਧਾਰਨ ਕਰੇਗਾ ਕਮਾਵੇਗਾ ਉਹਦਾ ਜੀਵਨ ਵੀ ਧੰਨਤਾ ਦੇ ਯੋਗ ਬਣ ਜਾਏਗਾ ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੀ ਹੈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਉਣ ਵਾਲੀਆਂ ਸਦੀਆਂ ਅਤੇ ਸਮੇਂ ਦੇ ਗੁਰਸਿੱਖਾਂ ਵਾਸਤੇ ਹੈ ਸੋ ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਗੁਰਸਿੱਖਾਂ ਦੇ ਇਸ ਮਹਾਨ ਪ੍ਰਸੰਗ ਦੀ ਕਥਾ ਆਪ ਸੰਗਤਾਂ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਾਲੂ ਚਾਉ ਬੰਮੀਆਂ ਭਾਈ ਸਿੱਖਾਂ ਦੇ ਨਾਮ ਹਨ ਭਾਈ ਕਾਲੂ ਅਤੇ ਚਾਉ ਇਹ ਸਾਧ ਸੰਗਤ ਜੀ ਬੰਮੀਆਂ ਜਾਤੀ ਦੇ ਹਨ ਗੋਇੰਦ ਘੇਈ ਆਨ ਤੀਜਾ ਭਾਈ ਗੋਇੰਦ ਘੇਈ ਹੈ ਘੇਈ ਜਾਤੀ ਹੈ ਇਉਂ ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਪਹੁੰਚੇ ਹੈ ਮੂਲਾ ਹੇਮਕ ਪਾਹੀਆ ਇਸੇ ਤਰ੍ਹਾਂ ਭਾਈ ਮੂਲਾ ਹੇਮ ਮੂਲੇ ਨਾਮ ਦੇ ਸਿੱਖਾਂ ਦੇ ਬਹੁਤ ਥਾਵਾਂ 'ਤੇ ਜ਼ਿਕਰ ਆਇਆ ਪਿੱਛੇ ਵੀ ਅੱਗੇ ਵੀ ਆਏਗਾ ਪਰ ਨਾਲ ਜ਼ਿਕਰ ਕਰ ਦਿੱਤਾ ਇਹ ਭਾਈ ਮੂਲਾ ਹੇਮ ਹੈ ਕਪਾਈਆ ਜਾਤੀ ਦਾ ਹੈ ਗੁਰੂ ਕਾ ਸਿੱਖ ਧਾਰੋ ਸੂਰ ਮਹਾਨ ਇਹ ਬੜੇ ਭਾਰੀ ਵੱਡੇ ਸੂਰਮੇ ਹਨ ਸ਼ਸਤਰ ਧਾਰ ਕੇ ਰਣ ਭੂਮੀ ਦੇ ਵਿੱਚ ਜੰਗ ਯੁੱਧ ਕਰਨ ਵਾਲੇ ਮਹਾਨ ਸੂਰਬੀਰ ਯੋਧੇ ਹੈ ਚੌਪਈ ਸੱਜੂ ਨਿਹਾਲੂ ਦੋਨੋਂ ਭਲੇ ਇਹ ਪੰਜਵਾਂ ਅਤੇ ਛੇਵਾਂ ਪੰਜਵਾਂ ਭਾਈ ਛੱਜੂ ਛੇਵਾਂ ਭਾਈ ਨਿਹਾਲੂ ਇਹ ਦੋਨੋਂ ਹੀ ਬੜੇ ਭਲੇ ਗੁਰਸਿੱਖ ਹਨ ਉਤੋ ਕੋਹਲੀ ਰਾਮੂ ਮਿਲੇ ਔਰ ਇਹ ਕੋਹਲੂ ਜਾਤੀ ਦੇ ਹੈ ਔਰ ਇਹਨਾਂ ਦੇ ਨਾਲ ਭਾਈ ਰਾਮੂ ਵੀ ਮਿਲ ਕੇ ਆਏ ਆ ਸਤਵੇਂ ਤੁਲਸਾ ਬਹੁਰਾ ਸਾਈਂ ਦਿੱਤਾ ਅੱਠਵਾਂ ਭਾਈ ਤੁਲਸਾ
ਨੌਵਾਂ ਭਾਈ ਬੋਹਰਾ, ਦਸਵਾਂ ਭਾਈ ਸਾਈਂ ਦਿੱਤਾ ਗੁਰੂ ਕਾ ਸਿੱਖ ਹੈ, ਆਕੁਲ ਅਰਦਾ ਮੋਦਰ ਮਿੱਤਾ, ਔਰ ਗਿਆਰਵਾਂ ਆਕੁਲ ਬਾਰਵਾਂ ਦਾ ਮੋਦਰ ਮਿੱਤਾ, ਮਿੱਤਰ ਭਾਵ ਰੱਖਣ ਵਾਲੇ, ਹਰ ਇੱਕ ਨਾਲ ਮੈਤਰੀ ਭਾਵ ਪ੍ਰੇਮ ਰੱਖਣ ਵਾਲੇ ਸਿੱਖ ਹਨ, ਵਿਗਹਿ ਮਲ ਅਰ ਆਵਲ ਭਾਨਾ, ਔਰ ਸਾਧ ਸੰਗਤ ਜੀ ਇਸੇ ਹੀ ਤਰ੍ਹਾਂ ਵਿਗਹਿ ਮਲ ਅਤੇ ਆਵਲ ਭਾਨਾ ਇਹ ਗੁਰੂ ਕੇ ਸਿੱਖ। ਸਾਧ ਸੰਗਤ ਜੀ ਤੇਰਵਾਂ ਵਿਗਹਿ ਮਲ, ਚੌਥਾ ਆਵਲ ਭਾਨਾ ਹੈ, ਬੁੱਧੂ ਛਿੰਬਾ ਆਏ ਸੁਜਾਨਾ, ਔਰ ਇਸੇ ਤਰ੍ਹਾਂ ਛਿੰਬਾ ਜਾਤੀ ਦੇ ਵਿੱਚੋਂ ਬੜੇ ਸਿਆਣੇ ਸਿੱਖ ਭਾਈ ਬੁੱਧੂ ਜੀ ਛੇਵੇਂ ਭਾਵ ਇਹ ਤੇਰਾਂ ਅਤੇ ਚੌਦਾਂ ਪੰਦਰਵਾਂ ਭਾਈ ਬੁੱਧੂ ਛਿੰਬਾ ਜਾਤੀ ਦੇ ਵਿੱਚੋਂ ਬੜੇ ਸੁਜਾਨ ਸਿਆਣੇ ਗੁਰੂ ਕੇ ਸਿੱਖ ਹਨ, ਭਿੱਖਾ ਟੋਡਾ ਜੁਗ ਭੱਟ ਅਹੇ, ਔਰ ਸਾਧ ਸੰਗਤ ਜੀ ਦੇ ਭਿੱਖਾ ਅਤੇ ਟੋਡਾ ਅੱਡ ਅੱਡ ਮੰਨ ਲਈਏ ਤਾਂ ਇਹ ਅਠਾਰਾਂ ਬਣ ਜਾਂਦੇ ਹੈ, ਔਰ ਜੇ ਇੱਕੋ ਹੀ ਮੰਨ ਲਈਏ ਵੀ ਭਿੱਖਾ ਤਾਂ ਫਿਰ ਸਾਧ ਸੰਗਤ ਜੀ ਇੱਥੋਂ ਤੱਕ ਸੋਲ੍ਹਾਂ ਦੀ ਗਿਣਤੀ, ਪਰ ਦੋ ਹੀ ਸਿੱਖ ਹਨ ਕਿ ਜੁਗ ਨਾਮ ਦੋ ਦਾ ਹੁੰਦਾ ਅਤੇ ਦੋ ਇਹ ਭੱਟ ਜਾਤੀ ਦੇ ਵਿੱਚੋਂ ਭਾਈ ਭਿੱਖਾ ਔਰ ਭਾਈ ਭਿੱਖਾ ਅਤੇ ਟੋਡਾ ਇਹ ਗੁਰੂ ਕੇ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਪਾਸ ਆਏ ਹੈ, ਤਿੰਨ ਸੰਗ ਮਿਲੇ ਜੋ ਖੋੜਸ ਕਹੇ, ਇਹ ਜਿਹੜੇ ਜਿੰਨੇ ਵੀ ਆਏ ਹੈ ਨਾ ਸਤਿਗੁਰੂ ਦੀ ਹਜ਼ੂਰੀ ਵਿੱਚ ਇਹ ਸੋਲ੍ਹਾਂ ਸਿੱਖਾਂ ਦੇ ਨਾਮ ਹਨ, ਖੋੜਸ ਨਾਮ ਸੋਲ੍ਹਾਂ ਦਾ ਹੈ, ਇਹ ਸੋਲ੍ਹਾਂ ਕਹੇ ਹਨ, ਔਰ ਇਹਨਾਂ ਦੇ ਨਾਲ ਜਾਂ ਇਉਂ ਕਹਿ ਲਓ ਪਿਛਲੇ ਸਿੱਖ ਸੋਲ੍ਹਾਂ ਹੋ ਗਏ ਭਾਈ ਬੁੱਧੂ ਤੱਕ, ਅਤੇ ਜਿਹੜੇ ਦੋ ਭਿੱਖਾ ਅਤੇ ਟੋਡਾ ਇਹ ਨਾਲ ਲਾ ਲਈਏ ਫਿਰ ਇਹ ਅਠਾਰਾਂ ਬਣਦੇ ਹੈ। ਇਉਂ ਸਾਧ ਸੰਗਤ ਜੀ ਇਹਨਾਂ ਦੇ ਨਾਲ ਮਿਲ ਕੇ ਇਹ ਗੁਰੂ ਕੇ ਸਿੱਖ ਸਾਰੇ ਆਏ ਹੈ, ਸਭ ਸੁਲਤਾਨਪੁਰੇ ਕੇ ਵਾਸੀ, ਇਹ ਸੁਲਤਾਨਪੁਰ ਸਾਹਿਬ ਜੀ ਦੇ ਰਹਿਣ ਵਾਲੇ ਉੱਥੋਂ ਦੇ ਵਸਨੀਕ ਵਾਸੀ ਹਨ, ਚੱਲ ਆਏ ਸ੍ਰੀ ਅਰਜਨ ਪਾਸੀ, ਇਹ ਚੱਲ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਆਏ ਹੈ, ਬੰਧਨ ਕੀਨ ਕਮਲ ਸਮ ਪਾਏ ਨ, ਕਮਲ ਸਰੀਖੇ ਜਿਹੜੇ ਚਰਨ ਹਨ ਨਾ, ਕਬਲ ਦਾ ਫੁੱਲ ਬੜਾ ਸੁੰਦਰ ਕੋਮਲ ਬੜੀ ਮਿੱਠੀ ਖੁਸ਼ਬੋ, ਸਭ ਤੋਂ ਉੱਤਮ ਜਦੋਂ ਵੀ ਸਾਧ ਸੰਗਤ ਦੀ ਚਰਨਾਂ ਦੀ ਮਹਿਮਾ ਦੀ ਕੋਈ ਪ੍ਰਮਾਣ ਜਾਂ ਤਸ਼ਬੀਹ ਕਹਿ ਲਓ ਦਿੱਤੀ ਜਾਂਦੀ ਹੈ, ਉਦੋਂ ਕਮਲ ਦੇ ਫੁੱਲ ਦਾ ਪ੍ਰਮਾਣ ਦਿੱਤਾ ਜਾਂਦਾ, ਕਮਲ ਸਰੀਖੇ ਚਰਨ ਇੰਨੇ ਸੁੰਦਰ ਚਰਨ ਹਨ ਜੈਸੇ ਕਬਲ ਸੁੰਦਰ ਤੋਂ ਸੁੰਦਰ ਹੁੰਦਾ ਹੈ, ਐਸੇ ਮੇਰੇ ਸਤਿਗੁਰੂ ਜੀ ਦੇ ਕਬਲ ਸਰੀਖੇ ਚਰਨਾਂ ਦੇ ਉੱਤੇ ਇਹਨਾਂ ਗੁਰਸਿੱਖਾਂ ਨੇ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ, ਜਥਾ ਸ਼ਕਤ ਧਰ ਅਗਰ ਉਪਾਏ ਨਾ, ਜਿੰਨੀ ਇਹਨਾਂ ਵਿੱਚ ਸ਼ਕਤੀ ਸਮਰੱਥਾ ਸੀ, ਜਿੰਨੀ ਕੁ ਕੋਈ ਭੇਟਾ ਸ਼ਰਧਾ ਪ੍ਰੇਮ ਨਾਲ ਲੈ ਕੇ ਆਏ ਉਹ ਸਾਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅੱਗੇ ਰੱਖ ਕੇ ਨਮਸਕਾਰ ਕੀਤੀ ਹੈ, ਹੱਥ ਜੋੜ ਅਰਦਾਸ ਉਚਾਰੀ, ਇਹਨਾਂ ਸਿੱਖਾਂ ਨੇ ਹੱਥ ਜੋੜ ਕੇ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਹੈ, ਹਮ ਸਿੱਖ ਸਭ ਗੁਰ ਅਮਰ ਅਗਾਰੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਪਹਿਲਾਂ ਤੋਂ ਅੱਗੋਂ ਹੀ ਜਿੰਨੇ ਵੀ ਸਿੱਖ ਮਿਲ ਕੇ ਆਏ ਹਾਂ ਸਾਰਿਆਂ ਨੇ ਅਸੀਂ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚੋਂ ਸਿੱਖੀ ਦਾ ਦਾਨ ਪ੍ਰਾਪਤ ਕੀਤਾ, ਗੋਇੰਦਵਾਲ ਸਾਹਿਬ ਜਾ ਕੇ
ਸਿੱਖੀ ਦੀ ਦਾਤ ਧੰਨ ਗੁਰੂ ਅਰਜਨ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਕੀਤੀ, ਲੈਣਾ ਕੀਤੀ। ਹੇ ਸੱਚੇ ਪਾਤਸ਼ਾਹ, ਅਸੀਂ ਸਾਰੇ ਸਿੱਖ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਸਿੱਖ ਹਾਂ, ਤੇ ਉਦੋਂ ਤੋਂ ਹੀ ਅਸੀਂ ਸਿੱਖੀ ਧਾਰਨ ਕੀਤੀ ਹੋਈ ਹੈ। ਉਪਦੇਸ਼ੋ ਹਮਕੋ ਬਿਦ ਏਵਾ, ਧੰਨ ਗੁਰੂ ਅਮਰਦਾਸ ਜੀ ਨੇ ਇਸ ਤਰ੍ਹਾਂ ਸਾਨੂੰ ਉਪਦੇਸ਼ ਕੀਤਾ, ਆਗਿਆ ਕੀਤੀ ਹੈ। ਧਰਮ ਕਿਰਤ ਕਰ ਸਿੱਖਨ ਸੇਵਾ, ਇਹ ਧਰਮ ਦੀ ਦਸਾਂ ਨਾ ਹੁੰਦੀ, ਧਰਮ ਦੀ ਕਿਰਤ ਕਰਨੀ। ਧਰਮ ਦੀ ਕਿਰਤ ਦਾ ਮਤਲਬ ਹੁੰਦਾ ਵੀ ਝੂਠ ਨਹੀਂ ਬੋਲਣਾ, ਹੇਰਾ ਫੇਰੀ ਨਹੀਂ ਕਰਨੀ, ਔਰ ਛਲ ਨਹੀਂ ਕਰਨਾ, ਧੋਖਾ ਨਹੀਂ ਕਰਨਾ, ਔਰ ਧਰਮ ਦੇ ਨਿਯਮਾਂ ਮੁਤਾਬਕ ਆਪਣੀ ਕਿਰਤ ਕਰਨੀ, ਸ਼ੁੱਧ ਪਵਿੱਤਰ ਕਿਰਤ, ਨਿਰਮਲ ਕਿਰਤ, ਧਰਮ ਦੇ ਅਸੂਲਾਂ ਮੁਤਾਬਕ, ਔਰ ਆਪਣੀ ਕਿਰਤ ਕਰਨੀ ਦਸਾਂ ਨਾ ਹੁੰਦੀ। ਇਸ ਕਰਕੇ ਅਸੀਂ ਧਰਮ ਦੀ ਕਿਰਤ, ਸੱਚੇ ਪਾਤਸ਼ਾਹ ਜੀ ਸਾਨੂੰ ਹੁਕਮ ਕੀਤਾ ਸੀ ਕਿ ਧਰਮ ਦੀ ਕਿਰਤ ਕਰਨੀ ਹੈ, ਧਰਮ ਦੇ ਅਨੁਸਾਰ ਕਿਹੜੀ ਕਿਰਤ ਦੱਸੀ ਹੈ ਉਹ ਕਰਨੀ, ਧਰਮ ਤੋਂ ਬਾਹਰ ਨਹੀਂ ਜਾਣਾ, ਧਰਮ ਦੇ ਅਸੂਲਾਂ ਦੀ ਕਦੇ ਵੀ ਉਲੰਘਣਾ ਨਹੀਂ ਕਰਨੀ। ਕਿਰਤ ਦੇ ਵਿੱਚ ਵੀ ਜਿੰਨੀ ਕਿਰਤ ਧਰਮ ਦੀ ਹੋਏਗੀ ਨਾ ਸੰਗਤ ਦੀ, ਧਰਮ ਦੇ ਅਸੂਲਾਂ ਮੁਤਾਬਕ, ਓਨਾ ਹੀ ਮਨ ਸ਼ੁੱਧ ਅਤੇ ਨਿਰਮਲ ਰਹੇਗਾ। ਸੰਗਤ ਨੇ ਆਗਿਆ ਕੀਤੀ ਹੈ ਕਿ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਬਾਬਤ ਕੁਝ ਬਚਨ ਸੁਣਾਏ ਜਾਣ, ਸ਼ਹੀਦਾਂ ਦੇ ਪ੍ਰਸੰਗ ਵਿੱਚ ਹੀ, ਇਸ ਕਥਾ ਦੇ ਵਿੱਚ ਹੀ ਗੁਰਸੰਗਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਆਪ ਜਥੇ ਵਿੱਚ ਬਚਨ ਕਰਕੇ ਉਹਨਾਂ ਦੇ ਪਿਤਾ ਸਨਮਾਨਯੋਗ ਬਾਬਾ ਜੋਗਿੰਦਰ ਸਿੰਘ ਜੀ ਪਾਸੋਂ ਆਪ ਮੰਗ ਕੇ ਜਥੇ ਵਿੱਚ ਲੈ ਕੇ ਆਏ। ਉਦੋਂ ਮਹਾਂਪੁਰਖਾਂ ਦੀ ਛੋਟੀ ਅਵਸਥਾ ਸੀ ਔਰ ਸਾਧ ਸਿੰਘ ਜੀ ਲਗਭਗ 1965 ਦਾ ਬਚਨ ਹੈ, ਜਦੋਂ ਮਹਾਂਪੁਰਖਾਂ ਨੇ ਸਤਿਪੁਰਸ਼ਾਂ ਤੋਂ ਜਦੋਂ ਰੋਡੇ ਨਗਰ ਵਿੱਚ ਗਏ ਹੋਏ ਸਨ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਗੁਰੂ ਕੀ ਸਿੱਖੀ ਧਾਰਨ ਕੀਤੀ, ਔਰ ਉਦੋਂ ਹੀ ਮਹਾਂਪੁਰਖਾਂ ਨੂੰ ਜਥੇ ਵਿੱਚ ਲੈ ਕੇ ਆਏ ਔਰ ਵੱਡੇ ਸੰਤਾਂ ਦੇ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜਥੇ ਵਿੱਚ ਰਹੇ। ਲੰਗਿਆਣੇ ਨਗਰ ਦੇ ਬਹੁਤ ਹੀ ਮਹਾਨ ਗੁਰਸਿੱਖ ਸਨ, ਬੜੀ ਕਰਨੀ ਕਮਾਈ ਵਾਲੀ ਪਵਿੱਤਰ ਆਤਮਾ ਸਨ, ਦਾਸ ਨੇ ਉਹਨਾਂ ਦੇ ਦਰਸ਼ਨ ਕੀਤੇ ਹੈ। ਪ੍ਰੇਮੀ ਕਰਤਾਰ ਸਿੰਘ ਜੀ ਉਹਨਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਦਾ ਨਾਮ ਪ੍ਰੇਮੀ ਕਰਤਾਰ ਸਿੰਘ ਜੀ ਸੀ। ਸੰਤਾਂ ਨੇ ਗੁਰਬਾਣੀ ਦੀ ਸੰਥਿਆ, ਵੱਡਿਆਂ ਨੇ ਉਹਨਾਂ ਦੇ ਪਾਸ ਸੰਤਾਂ ਦੀ ਸੰਥਿਆ ਲਾਈ। ਸੰਤਾਂ ਦੇ ਮੁਖਾਰਬਿੰਦ ਤੋਂ ਇੱਕ ਵਾਰੀ ਮੈਂ ਆਪ ਬਚਨ ਸੁਣੇ। ਇੱਕ ਵਾਰੀ ਸ਼ਾਮ ਨੂੰ ਸਿੰਘ ਇਕੱਠੇ ਕਰਕੇ ਸੰਤ ਪੁੱਛ ਰਹੇ ਸਨ ਕਿ ਭਾਈ ਅੱਜ ਸਾਰਿਆਂ ਨੇ ਕਿੰਨੀ ਕਿੰਨੀ ਵਾਰੀ ਸੰਥਿਆ ਕੀਤੀ ਹੈ, ਭਾਵ ਸੰਥਿਆ ਕਰਕੇ ਕਿੰਨੀ ਵਾਰੀ ਸੰਥਿਆ ਦਾ ਪਾਠ ਕੀਤਾ, ਭਾਵ ਦਮਦਮੀ ਟਕਸਾਲ ਵਿੱਚ ਇਹ ਪ੍ਰਪੱਕ ਨਿਯਮ ਹੈ ਵੀ ਜਿਹੜਾ ਵੀ ਸਿੰਘ ਗੁਰਬਾਣੀ ਦੀ ਸੰਥਿਆ ਕਰੇ ਉਹਨੂੰ 25 ਵਾਰੀ ਭਾਵ 25 ਵਾਰੀ ਸੰਥਿਆ ਪੜ੍ਹਨ ਦੀ ਆਗਿਆ, ਘੱਟ ਤੋਂ ਘੱਟ 25 ਵਾਰ ਜਾਂ ਇਉਂ ਕਹਿ ਲਓ 25 ਵਾਰ ਸੰਥਿਆ ਜ਼ਰੂਰ ਪੜ੍ਹੇ ਪ੍ਰੇਮ ਦੇ ਨਾਲ, ਤਾਂ ਕਿਤੇ ਗੁਰਬਾਣੀ ਸ਼ੁੱਧ ਹੁੰਦੀ ਹੈ।
ਅੱਜ ਕੱਲ੍ਹ ਤਾਂ ਉੱਨੀ ਮਿਹਨਤ ਕੋਈ ਬਿਰਲਾ ਸਿੰਘ ਹੀ ਕਰਦਾ ਹੋਵੇਗਾ। ਬਹੁਤ ਘੱਟ ਇਸ ਬੰਨੇ ਧਿਆਨ ਦਿੰਦੇ ਆ ਸਿੰਘ, ਅਣਗਹਿਲੀ ਕਰ ਜਾਂਦੇ ਹਨ। ਅਤੇ ਉਦੋਂ ਸੰਤ ਸਾਰੇ ਸਿੰਘਾਂ ਨੂੰ ਪੁੱਛਣ ਲੱਗੇ ਵੀ ਕਿੰਨੀ ਕਿੰਨੀ ਵਾਰੀ ਸੰਥਿਆ ਪੜ੍ਹੀ। ਕਿਸੇ ਨੇ ਕਿਹਾ 5 ਵਾਰੀ, ਕਿਸੇ ਨੇ 11 ਵਾਰੀ, ਕਿਸੇ ਨੇ 15 ਵਾਰੀ। ਤਾਂ ਮਹਾਂਪੁਰਖਾਂ ਨੇ ਉਦੋਂ ਇੱਕ ਬਚਨ ਸੁਣਾਇਆ, ਕਹਿਣ ਲੱਗੇ ਜਦੋਂ ਮੇਰੀ ਵੱਡੇ ਸੰਤਾਂ ਨੇ ਪ੍ਰੇਮੀ ਜੀ ਕੋਲੇ ਸੰਥਿਆ ਲਾਈ ਸੀ ਨਾ, ਪ੍ਰੇਮੀ ਜੀ ਦਾ ਇਹ ਨਿਯਮ ਸੀ ਕਿ ਜੇ ਸਿੰਘ ਨੇ 5 ਵਾਰ ਸੰਥਿਆ ਨਹੀਂ ਨਾ ਸ਼ਾਮ ਤੱਕ ਪੜ੍ਹੀ ਤਾਂ ਉਸ ਨੂੰ ਕੋਲੇ ਬੁਲਾ ਕੇ ਪੁੱਛਦੇ ਸਨ ਇਕੱਲੇ ਇਕੱਲੇ ਨੂੰ ਕਿ ਅੱਜ 5 ਵਾਰੀ ਸੰਥਿਆ ਪੜ੍ਹੀ ਕਿ ਨਹੀਂ ਪੜ੍ਹੀ। ਜੇ ਕਹਿ ਦੇਣਾ ਪੜ੍ਹੀ ਹੈ ਤਾਂ ਉਹਨਾਂ ਨੇ ਕਹਿਣਾ ਸੰਥਿਆ ਦਾ ਪਾਠ ਸੁਣਾ। ਇੰਨੇ ਸਿਆਣੇ ਸੂਖਮ ਬੁੱਧੀ ਦੇ ਮਾਲਕ, ਗੁਰਬਾਣੀ ਦੇ ਪ੍ਰੇਮ ਵਿੱਚ ਭਿੱਜੀ ਹੋਈ ਆਤਮਾ ਸਨ ਪ੍ਰੇਮੀ ਜੀ, ਕਿ ਜੇ ਕਿਸੇ ਨੇ ਝੂਠ ਬੋਲਿਆ ਹੁੰਦਾ ਸੀ ਸੰਥਿਆ ਸੁਣਨ ਵਕਤ ਦੱਸ ਦਿੰਦੇ ਸਨ ਵੀ ਤੂੰ ਅੱਜ 5 ਵਾਰੀ ਨਹੀਂ ਸੰਥਿਆ ਪੜ੍ਹੀ। ਮੈਂ ਆਪਣੀ ਉਦਾਹਰਣ ਦਿੰਦਾ, ਮਹਾਂਪੁਰਖ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਪਾਸ ਜਦੋਂ ਮੈਂ ਦਸਮ ਬਾਣੀ ਦੀ ਸੰਥਿਆ ਕੀਤੀ, ਮੈਨੂੰ ਉਹਨਾਂ ਦਾ ਹੁਕਮ ਸੀ ਕਿ 5 ਵਾਰੀ ਰੋਜ਼ ਇਹ ਸੰਥਿਆ ਕਰਨੀ ਹੈ, ਭਾਵ ਪੜ੍ਹਨੀ ਹੈ। ਤਾਂ ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੇ ਉੱਤੇ ਗੁਰੂ ਸਾਹਿਬ ਦੀ ਐਸੀ ਕਿਰਪਾ, ਕਈ ਵਾਰੀ ਜੇ ਮੈਂ 20 ਵਾਰੀ ਸੰਥਿਆ ਪੜ੍ਹ ਕੇ ਉਹਨਾਂ ਨੂੰ ਸੁਣਾਉਣੀ, ਕਹਿਣਾ ਨਹੀਂ 25 ਵਾਰੀ ਨਹੀਂ ਪੜ੍ਹੀ, 20 ਵਾਰੀ ਪੜ੍ਹ ਕੇ ਆਇਆ, ਇੰਨਾ ਉਹਨਾਂ ਨੂੰ ਗਿਆਨ। ਕਈ ਵਾਰੀ ਮੈਂ ਜਾਣ ਕੇ 22 ਵਾਰੀ ਪੜ੍ਹਨੀ, 2 ਵਾਰੀ ਰੱਖ ਲੈਣੀ, ਕਹਿਣਾ 22 ਵਾਰੀ ਪੜ੍ਹ ਕੇ ਆਇਆ, 2 ਵਾਰੀ ਦੀ ਛੱਡ ਕੇ ਆਇਆ ਜਾਂ ਪੜ੍ਹ ਕੇ ਆ। ਫਿਰ ਸਾਰਾ ਪਾਠ ਸੁਣ ਕੇ ਉਹਨਾਂ ਨੇ ਤਾਂ ਸੰਥਿਆ ਕਰਾਉਣੀ। ਪ੍ਰੇਮੀ ਦੀ ਵੀ ਇਹੋ ਜਿਹੀ ਸੂਖਮ ਬਿਰਤੀ ਦੇ ਮਾਲਕ ਸਨ ਕਿ ਸਾਧ ਸੰਗਤ ਜੀ ਉਹ ਦੱਸ ਦਿੰਦੇ ਸਨ ਕਿ ਤੂੰ 20 ਵਾਰੀ ਪੜ੍ਹੀ ਹੈ। ਜਿਹਨੇ 25 ਵਾਰੀ ਨਾ ਪੜ੍ਹੀ ਹੁੰਦੀ ਨਾ, ਉਸ ਨੂੰ ਉੱਥੇ ਹੀ ਬਿਠਾ ਲੈਂਦੇ ਸਨ, ਕਹਿੰਦੇ 25 ਵਾਰੀ ਸੰਥਿਆ ਪੂਰੀ ਕਰ ਤਾਂ ਤੈਨੂੰ ਸ਼ਾਮ ਦਾ ਪ੍ਰਸ਼ਾਦਾ ਮਿਲੇਗਾ, ਵਰਨਾ ਤੈਨੂੰ ਸ਼ਾਮ ਦਾ ਪ੍ਰਸ਼ਾਦਾ ਨਹੀਂ ਮਿਲਣਾ ਜੇ ਪੂਰੀ ਨਹੀਂ ਕਰਦਾ 25 ਵਾਰੀ, ਅਤੇ ਨਾ ਹੀ ਅੱਗੇ ਤੈਨੂੰ ਸੰਥਿਆ ਕਰਾਉਣੀ। ਇੰਨਾ ਧਿਆਨ ਰੱਖਦੇ ਸਨ ਕਿ ਸਿੰਘਾਂ ਦੀ ਗੁਰਬਾਣੀ ਪੂਰੀ ਸ਼ੁੱਧ ਹੋ ਜਾਏ। ਲਗ ਮਾਤਰ ਕੰਨਾ ਅੱਖਰ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਉਚਾਰਨ ਮੁਹਾਰਨੀ ਦਾ, ਗੁਰਬਾਣੀ ਦਾ ਉਚਾਰਨ ਕਦੇ ਸਿੰਘ ਗਲਤ ਨਾ ਕਰੇ। ਟਕਸਾਲ ਵਿੱਚੋਂ ਪੜ੍ਹਿਆ ਸਿੰਘ ਜਦੋਂ ਸੰਗਤਾਂ ਨੂੰ ਬਾਣੀ ਸੁਣਾਵੇ, ਸੰਗਤਾਂ ਦੇ ਹਿਰਦੇ ਵਿੱਚ ਜਦੋਂ ਗੁਰਬਾਣੀ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਪਵੇ ਤਾਂ ਸੰਗਤਾਂ ਸੁਣ ਕੇ ਆਸ਼ਿਸ਼ ਕਰਨ ਵੀ ਵਾਕਈ ਸਿੰਘ ਨੇ ਗੁਰਬਾਣੀ ਸ਼ੁੱਧ ਉਚਾਰਨ ਕਰਕੇ ਪਾਠ ਸੁਣਾਇਆ। ਸੋ ਸਾਧ ਸੰਗਤ ਜੀ, ਗੁਰਬਾਣੀ ਦੀ ਸ਼ੁੱਧੀ ਦਾ, ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਇੰਨਾ ਖਿਆਲ ਰੱਖਿਆ ਜਾਂਦਾ ਸੀ। ਮਹਾਂਪੁਰਖਾਂ ਨੇ ਸੰਥਿਆ ਕੀਤੀ, ਫਿਰ ਮਹਾਂਪੁਰਖਾਂ ਦੇ ਪਿਤਾ ਜੀ ਨੇ ਬੇਨਤੀ ਕੀਤੀ ਕਿ ਭਚੰਗੀ ਸਿੰਘ ਦਾ ਵਿਆਹ ਕਰਨਾ ਹੈ, ਭਾਵ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ। ਤਾਂ ਮਹਾਂਪੁਰਖ ਕਹਿਣ ਲੱਗੇ ਕੋਈ ਨਹੀਂ ਭਾਈ, ਭੇਜ ਦਿਆਂਗੇ ਜਦੋਂ ਵਕਤ ਆਏਗਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਬਹੁਤ ਵੈਰਾਗ ਵਿੱਚ ਰਹਿਣ ਵਾਲੇ ਮਹਾਂਪੁਰਖ ਸਨ। ਸਾਧ ਸੰਗਤ ਜੀ, ਚੰਚਲਤਾ ਤਾਂ ਉਹਨਾਂ ਦੇ ਕੋਹਾਂ ਕੋਹ ਨੇੜੇ ਵੀ ਨਹੀਂ ਕਦੇ ਕਿਸੇ ਨੇ ਦੇਖੀ, ਬਹੁਤ ਵੈਰਾਗ ਵਿੱਚ ਹਮੇਸ਼ਾ।
ਇੱਕ ਗੁਰੂ ਤੇ ਅਟਲ ਭਰੋਸਾ, ਦ੍ਰਿੜ ਵਿਸ਼ਵਾਸ, ਦੂਜਾ ਵੈਰਾਗ ਵਾਲੀ ਅਵਸਥਾ ਉਹਨਾਂ ਮਹਾਂਪੁਰਖਾਂ ਦੀ। ਅੰਦਰੋਂ ਤਾਂ ਵੈਰਾਗ ਵਿੱਚ ਅੱਠੇ ਪੈਰ ਉਹਨਾਂ ਦਾ ਰੋਮ ਰੋਮ ਭਿੱਜਿਆ ਰਹਿੰਦਾ ਸੀ, ਕਿਤੇ ਸਿੰਘਾਂ ਨੂੰ ਮਾੜਾ ਮੋਟਾ ਖੁਸ਼ ਕਰਨ ਵਾਸਤੇ ਕੋਈ ਹਾਸ ਦਾ ਬਚਨ ਕਰ ਲੈਣਾ, ਪਰ ਜ਼ਿਆਦਾ ਵੈਰਾਗ ਅਵਸਥਾ ਦੇ ਵਿੱਚ ਹੀ ਉਹਨਾਂ ਨੇ ਰਹਿਣਾ, ਸੇਵਾ ਕਰਨੀ। ਔਰ ਇੱਕ ਦਿਨ ਵੱਡੇ ਸੰਤਾਂ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਹੈ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ, ਫੁਰਨਾ ਮਨ ਵਿੱਚ ਬੜਾ ਤੀਬਰ ਹੈ, ਪ੍ਰਤੱਖ ਦਰਸ਼ਨ ਸਤਿਗੁਰੂ ਜੀ ਦੇ ਹੋ ਜਾਣ, ਕੋਈ ਐਸੀ ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ, ਭਾਈ ਨਿਤਨੇਮ ਕਿੰਨਾ ਕਰਨਾ? ਕਹਿਣ ਲੱਗੇ ਜੀ ਪੰਜ ਬਾਣੀਆਂ, ਰਹਿ ਰਸ ਕੀਰਤਨ ਸੋਲਾ। ਕਹਿੰਦੇ ਇੱਕ ਤਾਂ ਪੰਜ ਗ੍ਰੰਥੀ ਜ਼ੁਬਾਨੀ ਯਾਦ ਕਰ, ਪੰਜ ਗ੍ਰੰਥੀ ਦਾ ਰੋਜ਼ਾਨਾ ਨਾਲ ਨਿਤਨੇਮ ਕਰਿਆ ਕਰ, ਅਤੇ 51 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਦਾ ਅਭਿਆਸ ਸ਼ੁਰੂ ਕਰ ਲੈ। 51 ਕਰਦਿਆਂ ਕਰਦਿਆਂ ਕਿਰਪਾ ਕਲਗੀਧਰ ਪਾਤਸ਼ਾਹ ਜੀ ਦੀ ਹੋ ਜਾਏ ਤਾਂ 101 ਜਪਜੀ ਸਾਹਿਬ ਦੇ ਪਾਠ ਤੱਕ ਇਸ ਅਭਿਆਸ ਨੂੰ ਲੈ ਜਾਈਂ, ਹੌਲੀ 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 ਹੌਲੀ। ਸਾਧ ਸੰਗਤ ਜੀ, ਮਹਾਂਪੁਰਖ 101 ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਬਿਨਾਂ ਨਿਤਨੇਮ ਤੋਂ ਕਰਦੇ ਸਨ। ਫਿਰ ਜਦੋਂ ਮਹਾਂਪੁਰਖ ਪਿੰਡ ਗਏ, ਮਾਤਾ ਪ੍ਰੀਤਮ ਕੌਰ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ ਨਗਰ ਬਿਲਾਸਪੁਰ ਦੇ ਵਿੱਚ, ਅਤੇ ਮਹਾਂਪੁਰਖ ਆਪਣੇ ਮੁਖਾਰਬਿੰਦ ਤੋਂ ਇੱਕ ਦਿਨ ਅਭਿਆਸੀ ਸਿੰਘਾਂ ਨੂੰ ਆਪਣੇ ਮੁਖਾਰਬਿੰਦ ਤੋਂ ਬਚਨ ਦੱਸ ਰਹੇ ਸਨ। ਕਹਿਣ ਲੱਗੇ, ਭਾਈ ਅਸੀਂ ਪਿੰਡ ਵਿੱਚ ਜਾ ਕੇ ਜਦੋਂ ਰਹਿਣਾ ਸ਼ੁਰੂ ਕੀਤਾ, ਨਾਲ ਫਿਰ ਕਿਰਤ ਵੀ ਕਰਨੀ ਸੀ, ਆਨੰਦ ਕਾਰਜ ਹੋ ਗਿਆ, ਗ੍ਰਿਸਤ ਮਾਰਗ ਧਾਰਨ ਕਰ ਲਿਆ, ਕਿਰਤ ਤੋਂ ਬਿਨਾਂ ਸਰਦਾ ਨਹੀਂ, ਵੱਡਾ ਪਰਿਵਾਰ ਸੀ ਬਾਬਾ ਜੀ ਦਾ ਸਾਡਾ ਸਾਰਿਆਂ ਦਾ, ਤਾਂ ਕਹਿੰਦੇ ਅਸੀਂ ਕਿਰਤ ਕਰਨੀ ਸ਼ੁਰੂ ਕੀਤੀ, ਹਲ ਵਾਹੁਣਾ ਸ਼ੁਰੂ ਕਰ ਦਿੱਤਾ। ਹਲ ਵਾਹੁੰਦਿਆਂ ਵਾਹੁੰਦਿਆਂ ਮਨ ਵਿੱਚ ਉਹੀ ਭਾਵਨਾ ਰੱਖਣੀ ਵੀ ਜਪਜੀ ਸਾਹਿਬ ਦੇ ਪਾਠ ਰੋਜ਼ਾਨਾ ਦਾ ਨਿਤਨੇਮ ਪੂਰਾ ਹੋ ਜਾਏ, ਹਲ ਵਾਹੀ ਜਾਣਾ, ਜਪਜੀ ਸਾਹਿਬ ਦੇ ਪਾਠ ਕਰਨੇ। ਔਰ ਮਹਾਂਪੁਰਸ਼ ਬਹੁਤ ਘੱਟ ਪ੍ਰਸ਼ਾਦਾ ਜਲ ਪਾਣੀ ਛਕਦੇ ਸਨ। ਕਹਿੰਦੇ ਦਸਾਂ ਨੌਹਾਂ ਦੀ ਕਿਰਤ ਦੀ ਉਹਨਾਂ ਨੇ ਗੱਲ ਸੁਣਾਈ, ਇਹ ਬਚਨ ਸੁਣਾਇਆ। ਕਹਿੰਦੇ ਹਲ ਵਾਹ ਕੇ, ਹਲ ਵਾਹਿਆ ਹੋਇਆ ਜਦੋਂ ਅੰਨ ਘਰ ਦੇ ਵਿੱਚ ਆਉਣਾ, ਉਹਦਾ ਪ੍ਰਸ਼ਾਦਾ ਛਕਣਾ ਨਾ, ਕਹਿੰਦੇ ਇੱਕ ਤਾਂ ਬਾਣੀ ਪੜ੍ਹ ਕੇ ਹਲ ਵਾਹਿਆ ਹੁੰਦਾ ਸੀ, ਬਾਣੀ ਪੜ੍ਹ ਕੇ ਜਪਜੀ ਸਾਹਿਬ ਦਾ ਅਭਿਆਸ ਕਰਦਿਆਂ ਕਰਦਿਆਂ ਬੀਜ ਬੀਜਿਆ ਹੁੰਦਾ ਸੀ, ਔਰ ਅਰਦਾਸ ਕਰਕੇ ਕਹਿੰਦੇ ਅਸੀਂ ਬੀਜ ਬੀਜਦੇ ਸਾਂ ਜਦੋਂ ਖੇਤ ਤਿਆਰ ਹੋ ਜਾਂਦਾ ਸੀ, ਔਰ ਫਿਰ ਕਹਿੰਦੇ ਪਾਣੀ ਦੇਣਾ ਤਾਂ ਵੀ ਜਪਜੀ ਸਾਹਿਬ ਦੇ ਪਾਠ ਕਰੀ ਜਾਣੇ ਨਾਲ ਨਾਲ, ਜਦੋਂ ਫਸਲ ਪੱਕਣੀ, ਇਕੱਲੇ ਹੀ ਮਹਾਂਪੁਰਖ ਸਾਹਿਬ ਸਿੰਘ ਜੀ ਲੱਕ ਬੰਨ ਕੇ ਕਿੱਲਾ ਕਿੱਲਾ ਕਣਕ ਦਾ ਦਿਨ ਵਿੱਚ ਵੱਢ ਦਿੰਦੇ ਸਨ, ਦੇਖ ਲਓ। ਬਲੀ ਇੰਨੇ, ਬਹਾਦਰ ਇੰਨੇ, ਸਰੀਰ ਕਰਕੇ ਇੰਨੇ ਤਾਕਤਵਰ, ਮਜ਼ਬੂਤ ਉਹਨਾਂ ਦਾ ਸਰੀਰ ਸੀ, ਪਰ ਸਰੀਰ ਉਹਨਾਂ ਦਾ ਬਹੁਤ ਪਤਲਾ ਜਿਹਾ। ਸੋ ਸਾਧ ਸੰਗਤ ਜੀ, ਕਹਿੰਦੇ ਕਣਕ ਵੱਢਦਿਆਂ ਵੀ ਜਪਜੀ ਸਾਹਿਬ ਦੇ ਪਾਠ ਕਰਨੇ, ਉਹਨਾਂ ਦਾ ਬਚਨ ਸੀ ਕਿ ਸਾਨੂੰ ਖੇਤੀ ਕਰਦਿਆਂ ਬਾਣੀ ਪੜ੍ਹਦਿਆਂ ਕਿਸੇ ਨੇ ਬੁਲਾਉਣਾ ਨਹੀਂ, ਕਦੇ ਵੀ ਕੋਈ ਪੁੱਛਣਾ, ਇਸ਼ਾਰਾ ਕਰਕੇ ਪੁੱਛਣਾ, ਇਸ਼ਾਰੇ ਵਿੱਚ ਉੱਤਰ ਦੇਵਾਂਗੇ, ਜੇ ਸਮਾਂ ਹੋਏਗਾ ਨਹੀਂ ਤਾਂ ਨਿਤਨੇਮ ਕਰਕੇ ਬਾਅਦ ਵਿੱਚ ਗੱਲ ਕਰਾਂਗੇ ਅਰਦਾਸ ਕਰਕੇ।
ਔਰ ਫਿਰ ਸਾਧ ਸੰਗਤ ਜੀ ਉਦੋਂ ਭਰੀਆਂ ਬੰਨਣੀਆਂ, ਉਦੋਂ ਵੀ ਕਣਕ ਕੱਢ ਕੇ ਘਰ ਲੈ ਕੇ ਆਉਣੀ, ਔਰ ਕਹਿੰਦੇ ਜਿਹੜਾ ਉਸ ਕਿਰਤ ਦਾ ਪ੍ਰਸ਼ਾਦਾ ਅਸੀਂ ਧਰਮ ਦੀ ਦਾ ਛਕਦੇ ਸੀ ਨਾ, ਉਸ ਨਾਲ ਮਨ ਵਿੱਚ ਇੰਨਾ ਚਾਅ ਅਤੇ ਖੜਾ ਰਹਿੰਦਾ ਸੀ ਨਾ, ਅੱਠੇ ਪਹਿਰ ਇਉਂ ਜੀ ਕਰਦਾ ਸੀ ਵੀ ਸੌਈਏ ਨਾ, ਬਾਣੀ ਪੜ੍ਹੀ ਜਾਈਏ, ਬਾਣੀ ਪੜ੍ਹੀ ਜਾਈਏ। ਔਰ ਉਹਨਾਂ ਨੇ 40 ਦਿਨ ਲਗਾਤਾਰ ਆਪਣੇ ਨਗਰ ਵਿੱਚ, ਰੋਡੇ ਨਗਰ ਦੇ ਬਾਹਰ ਬਾਹਰ ਮਹਾਂਪੁਰਖਾਂ ਦਾ ਨਗਰ ਹੈ ਛੋਟਾ ਜਿਹਾ, ਗੁਰੂ ਕੋਠਾ ਪੁਰਾ ਬਸਤੀ, ਉੱਥੇ ਘਰ ਸੀ ਮਹਾਂਪੁਰਖਾਂ ਦਾ। ਉਹਨਾਂ ਨੇ 40 ਦਿਨ ਦਾ ਨਿਤਨੇਮ ਰੱਖਿਆ ਚਾਲੀਸਾ, ਔਰ ਰੋਡ 'ਤੇ ਕੰਡੇ ਵਿਛਾ ਲਏ। 23-23 ਘੰਟੇ ਲਗਾਤਾਰ ਮਹਾਂਪੁਰਖ ਚੌਂਕੜਾ ਮਾਰ ਕੇ ਉਸ ਉੱਤੇ ਬੈਠ ਕੇ ਮੂਲ ਮੰਤਰ ਦਾ ਅਭਿਆਸ ਕਰਦੇ ਰਹਿੰਦੇ 23-23 ਘੰਟੇ, ਕਿਉਂਕਿ ਸਿਰਫ ਕਿਰਿਆ ਆਦਿਕ ਸੋਧਣ ਵਾਸਤੇ ਉੱਠਦੇ, 1 ਘੰਟਾ ਜਾਂ 1.5 ਘੰਟਾ ਮਸਾਂ ਹੀ ਆਰਾਮ ਕਰਦੇ ਸਨ। ਕਹਿੰਦੇ ਉਸ ਚਾਲੀਸੇ ਵਿੱਚ ਵੀ ਅਸੀਂ ਉਹੀ ਆਪਣੀ ਦਸਾਂ ਨੌਹਾਂ ਦੀ ਕਿਰਤ ਦਾ ਪ੍ਰਸ਼ਾਦਾ ਛਕਣਾ ਥੋੜ੍ਹਾ ਬਹੁਤਾ ਜਿਹਾ, ਪਰ ਕਦੇ ਵੀ ਕਹਿੰਦੇ ਸਾਡਾ ਮਨ ਬਾਣੀ ਵਿੱਚੋਂ ਨਹੀਂ ਫੁਰਨੇ ਮਾਤਰ ਵੀ ਬਾਹਰ ਗਿਆ ਸੀ ਧਰਮ ਦੀ ਕਿਰਤ ਦਾ। ਕਹਿੰਦੇ ਇੰਨਾ ਪ੍ਰਭਾਵ, ਇੰਨਾ ਅਸਰ, ਇੰਨਾ ਆਨੰਦ ਸਾਡੇ ਹਿਰਦੇ ਵਿੱਚ ਭਰ ਜਾਂਦਾ ਸੀ। ਇਹ ਧਰਮ ਦੀ ਕਿਰਤ ਦਾ ਸਾਧ ਸੰਗਤ ਜੀ ਬਹੁਤ ਵੱਡਾ ਫਲ ਹੈ, ਬਹੁਤ ਵੱਡਾ ਫਲ ਹੈ। ਕਿਰਪਾ ਕਰਨ ਸੱਚੇ ਪਾਤਸ਼ਾਹ ਆਪਾਂ ਸਾਰੇ ਧਰਮ ਦੀ ਕਿਰਤ ਨਾਲ ਹਿਰਦਾ ਸ਼ੁੱਧ ਹੋ ਜਾਂਦਾ ਸੰਗਤ ਜੀ, ਧਰਮ ਦੀ ਕਿਰਤ ਨਾਲ ਹਿਰਦਾ ਨਿਰਮਲ ਹੋ ਜਾਂਦਾ। ਇਸ ਕਰਕੇ ਧਰਮ ਦੀ ਕਿਰਤ ਗੁਰੂ ਸਾਹਿਬ ਬਾਰ ਬਾਰ ਕਹਿੰਦੇ ਰਹੇ, ਬਾਰ ਬਾਰ ਉਹਨਾਂ ਦੇ ਹੁਕਮ ਸਨ। ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਲ ਚਲਾਏ, ਧਰਮ ਦੀ ਕਿਰਤ ਦੇ ਪੂਰਨੇ ਪਾਏ। ਇਸ ਕਰਕੇ ਮਹਾਰਾਜ ਕਹਿੰਦੇ ਹੈ ਇੱਥੇ ਵੀ, ਗੁਰੂ ਕੇ ਸਿੱਖ ਧਰਮ ਕਿਰਤ ਕਰ ਸਿੱਖਣ ਸੇਵਾ, ਕਿ ਗੁਰਸਿੱਖੋ ਤੁਸੀਂ ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਨੀ ਹੈ, ਔਰ ਆਪ ਹੀ ਨਹੀਂ ਖਾਈ ਜਾਣੀ, ਉਹਦੇ ਵਿੱਚੋਂ ਸਿੱਖਾਂ ਦੀ ਸੇਵਾ ਵੀ ਕਰਨੀ ਹੈ, ਸੰਗਤ ਦੀ ਵੀ ਸੇਵਾ ਕਰਨੀ ਹੈ, ਗੁਰੂ ਘਰ ਦੀ ਵੀ ਸੇਵਾ ਕਰਨੀ ਹੈ, ਕੋਈ ਦਾਨ ਪੁੰਨ ਵੀ ਕਰਨਾ ਹੈ। ਇਹ ਨਹੀਂ ਵੀ ਦਾਨ ਪੁੰਨ ਹੀ ਨਹੀਂ ਕਰਨਾ, ਸੇਵਾ ਹੀ ਨਹੀਂ ਕਰਨੀ, ਇਹੋ ਜਿਹਾ ਗਲਤ ਪ੍ਰਚਾਰ ਨਾ ਹੀ ਸੁਣਨਾ, ਨਾ ਹੀ ਉੱਤੇ ਕਦੇ ਅਮਲ ਕਰਨਾ। ਤੁਸੀਂ ਗੁਰੂ ਦੀ ਸੇਵਾ ਕਰ ਰਹੇ ਹੋ, ਕਿਸੇ ਬੰਦੇ ਦੀ ਨਹੀਂ। ਜਿਹੜੀ ਸੰਗਤ ਦੀ ਸੇਵਾ ਕਰਦੇ ਹੋ, ਇਹ ਵੀ ਗੁਰੂ ਦਾ ਰੂਪ ਜਾਣ ਕੇ ਕਰਨੀ ਹੈ। ਜੇ ਕੋਈ ਗੁਰਸਿੱਖ ਮਹਾਂਪੁਰਖ ਤੁਹਾਡੇ ਘਰ ਵਿੱਚ ਆ ਗਿਆ, ਉਹਨੂੰ ਵੀ ਗੁਰੂ ਦਾ ਰੂਪ ਸਮਝ ਕੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਗੁਰੂ ਦਾ ਰੂਪ ਜਾਣ ਕੇ ਸਭ ਦਾ ਸਨਮਾਨ, ਸਭ ਦੀ ਸੇਵਾ ਆਦਰ ਸਤਿਕਾਰ ਕਰਨਾ ਹੈ। ਇਉਂ ਮਹਾਰਾਜ ਕਹਿੰਦੇ ਧਰਮ ਦੀ ਕਿਰਤ ਕਰਕੇ ਉਸ ਕਿਰਤ ਨਾਲ ਸਿੱਖਾਂ ਦੀ ਸੇਵਾ ਕਰਨੀ ਹੈ। ਮਿੱਠਾ ਬੋਲਣ ਅਰ ਮਨ ਨੀਵਾ, ਹਮੇਸ਼ਾ ਮਿੱਠੇ ਬਚਨ ਬੋਲਣੇ ਹੈ ਤੇ ਮਨ ਨੂੰ ਨੀਵਾ ਰੱਖਣਾ, ਹੰਕਾਰ ਤੋਂ ਬਚਣਾ ਹੈ, ਹੰਕਾਰ ਨਾ ਮਨ ਵਿੱਚ ਆ ਜਾਏ ਕਦੇ। ਪਾਸ਼ਲ ਨਿਸ ਇਸ਼ਨਾਨ ਸਦੀਵਾ, ਹਮੇਸ਼ਾ ਹੀ ਪਿਛਲੀ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ। ਭੋਰ ਹੋਤ ਲੱਗ ਪਠ ਗੁਰਬਾਨੀ, ਜਦੋਂ ਭੋਰ ਪੈ ਫਟਦੀ ਹੈ ਨਾ, ਸੂਰਜ ਚੜ੍ਹਨ ਤੋਂ ਪਹਿਲਾਂ ਦਿਨ ਚਿੱਟਾ ਹੋ ਜਾਂਦਾ ਨਾ ਸਾਧ ਸੰਗਤ ਜੀ, ਉਸ ਨੂੰ ਕਿਹਾ ਗਿਆ ਹੈ ਕਿ ਭੋਰ ਦਾ ਸਮਾਂ ਹੋ ਗਿਆ, ਜਾਂ ਇਹਨੂੰ ਪਹੁ ਫੁੱਟ ਗਈ,
ਗੁਰਬਾਣੀ ਵਿੱਚ ਜ਼ਿਕਰ ਆਇਆ, ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਜਾਂ ਪਹਿ ਫਟ ਗਈ, ਇਹ ਵੀ ਕਈ ਇਲਾਕਿਆਂ ਵਿੱਚ ਕਹਿੰਦੇ ਆ। ਇਉਂ ਕਹਿੰਦੇ ਉਹ ਦਿਨ ਚੜ੍ਹਨ ਤੱਕ ਗੁਰਬਾਣੀ ਪੜ੍ਹੀ ਜਾਣੀ ਹੈ, ਗੁਰਬਾਣੀ ਦਾ ਪਾਠ ਕਰੀ ਜਾਣਾ ਹੈ। ਕਈ ਇਕੱਲਾ ਸਿਮਰਨ 'ਤੇ ਜ਼ੋਰ ਦੇਈ ਜਾਂਦੇ ਆ, ਕਈ ਜਾਪ 'ਤੇ ਨਹੀਂ। ਭਾਈ, ਜਾਪ ਵੀ ਕਰਨਾ, ਸਿਮਰਨ ਵੀ ਕਰਨਾ, ਗੁਰਬਾਣੀ ਵੀ ਪੜ੍ਹਨੀ ਆ। ਗੁਰਬਾਣੀ ਤੋਂ ਬਿਨਾਂ ਕਿਰਪਾ ਨਹੀਂ ਹੁੰਦੀ, ਗੁਰਬਾਣੀ ਬਿਨਾਂ ਰਸਤਾ ਨਹੀਂ ਮਿਲਦਾ ਸਾਧਕ ਨੂੰ, ਕਮਾਈ ਕਰਨ ਵਾਲੇ ਨੂੰ। ਗੁਰਬਾਣੀ ਬਿਨਾਂ ਮਨ ਦੇ ਸਵਾਲ ਨਹੀਂ ਦੂਰ ਹੁੰਦੇ, ਨਿਵਿਰਤ ਨਹੀਂ ਸ਼ੰਕਾ ਹੁੰਦੀਆਂ, ਗੁਰਬਾਣੀ ਰਸਤਾ ਦਿਖਾਉਂਦੀ ਹੈ। ਬਲਕਿ ਗੁਰਬਾਣੀ ਨੂੰ ਜਾਪ ਅਤੇ ਸਿਮਰਨ ਦਾ ਰੂਪ ਸਮਝਣਾ, ਕਦੇ ਵੀ ਇਹ ਖਿਆਲ ਨਹੀਂ ਮਨ ਵਿੱਚ ਲਿਆਉਣਾ ਕਿ ਜਾਪ ਹੋ ਰਿਹਾ, ਸਿਮਰਨ ਹੋ ਰਿਹਾ, ਬਾਣੀ ਹੋ ਰਿਹਾ। ਜੇ ਕੋਈ ਗੁਰਸਿੱਖ ਗੁਰਬਾਣੀ ਦਾ ਅਭਿਆਸੀ ਆ, ਉਹ ਵੀ ਜਾਪ ਕਰ ਰਿਹਾ। ਜੇ ਕੋਈ ਗੁਰਬਾਣੀ ਦਾ ਅਭਿਆਸ ਸੁਰਤ ਨਾਲ ਕਰ ਰਿਹਾ, ਉਹ ਵੀ ਸਿਮਰਨ ਕਰ ਰਿਹਾ। ਗੁਰਬਾਣੀ, ਸਿਮਰਨ, ਜਾਪ ਸਭ ਇੱਕੋ ਹੀ ਸਰੂਪ ਹਨ। ਬਾਣੀ ਵਿੱਚੋਂ ਹੀ ਮੂਲ ਮੰਤਰ ਹੈ, ਬਾਣੀ ਵਿੱਚੋਂ ਵਾਹਿਗੁਰੂ ਮੰਤਰ ਹੈ। ਇਸ ਕਰਕੇ ਮਹਾਰਾਜ ਕਹਿੰਦੇ ਦਿਨ ਚੜ੍ਹਨ ਤੱਕ, ਇਉਂ ਕਹਿ ਲਓ ਦਿਨ ਚੜ੍ਹਨ ਤੱਕ ਗੁਰਬਾਣੀ ਪੜ੍ਹੀ ਜਾਣੀ ਹੈ। ਬਹੁਰ ਕਿਰਤ ਕੀ ਜਹਿਤ ਠਾਨੀ, ਫਿਰ ਬਹੁਤ ਹਿੱਤ ਪ੍ਰੇਮ ਦੇ ਨਾਲ ਧਰਮ ਦੀ ਕਿਰਤ ਵੀ ਕਰਨੀ ਹੈ, ਕੰਮ ਧੰਦੇ ਵੀ ਨਹੀਂ ਛੱਡਣੇ ਹਨ। ਤਿਸੀ ਪ੍ਰਕਾਰ ਕਰਤ ਹਮ ਰਹੇ, ਮਹਾਰਾਜ ਅਸੀਂ ਉਵੇਂ ਨਿਯਮ ਬਣਾਏ ਹੋਏ ਆ, ਉਵੇਂ ਕਰਦੇ ਰਹੇ ਹਾਂ ਜਿਵੇਂ ਧੰਨ ਗੁਰੂ ਅਮਰਦਾਸ ਜੀ ਨੇ ਸਾਨੂੰ ਹੁਕਮ ਕੀਤਾ ਸੀ। ਤਉ ਸ਼ਾਂਤ ਨਹਿ ਮਨ ਕੋ ਲਹੇ, ਆਖੋ ਭਾਈ ਵਾਹਿਗੁਰੂ ਸੱਚੇ ਪਾਤਸ਼ਾਹ, ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਮਨ ਠੰਡਾ ਠਾਰ ਨਹੀਂ ਹੋਇਆ, ਮਨ ਵਿੱਚ ਟਿਕਾ ਨਹੀਂ ਆਇਆ, ਮਨ ਤੜਫਦਾ ਰਹਿੰਦਾ ਹੈ, ਮਨ ਵਿੱਚ ਧੀਰਜ ਨਹੀਂ ਹੈ। ਸੱਚੇ ਪਾਤਸ਼ਾਹ, ਸ਼ਾਂਤੀ ਫਿਰ ਵੀ ਨਹੀਂ ਪ੍ਰਾਪਤ ਹੋਈ ਸਾਨੂੰ, ਕਿਰਪਾ ਕਰੋ ਅਬ ਦਿਓ ਉਪਦੇਸ਼। ਦੇਖੋ ਧੰਨ ਕਿਹੋ ਜਿਹੇ ਸਿੱਖ ਸਨ ਜਿਹੜੇ ਸਤਿਗੁਰਾਂ ਕੋਲੋਂ ਆ ਕੇ ਨਾਮ ਦਾ ਰੰਗ, ਭਗਤੀ ਦੀ ਦਾਤ, ਮਨ ਦੀ ਇਕਾਗਰਤਾ, ਸੇਵਾ ਸਿਮਰਨ, ਸਤਸੰਗਤ, ਇਹ ਦਾਤਾਂ ਮੰਗਦੇ ਸਨ ਗੁਰੂ ਕੋਲੋਂ। ਸਾਧ ਸੰਗਤ ਦੀ ਕੋਈ ਵਿਰਲਾ ਹੀ ਸਿੱਖ ਹੋਏਗਾ ਨਾ, ਇਹ ਦਾਤ ਮੰਗੇਗਾ ਸਤਿਗੁਰੂ ਤੋਂ, ਉਹ ਭਾਗਾਂ ਵਾਲਾ ਹੈ। ਤਾਂ ਹੇ ਸੱਚੇ ਪਾਤਸ਼ਾਹ, ਕਿਰਪਾ ਕਰਕੇ ਐਸਾ ਉਪਦੇਸ਼ ਦੇਣਾ ਕਰੋ ਸਾਨੂੰ ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼। ਵਿਸ਼ੇਸ਼ ਕਰਕੇ ਕਹਿੰਦੇ ਜਿਸ ਕਰਕੇ ਸਾਡਾ ਮਨ ਐਨ ਟਿਕ ਜਾਏ। ਸ਼ਾਂਤੀ ਦਾ ਅਰਥ ਹੁੰਦਾ ਮਨ ਦਾ ਟਿਕਾ, ਮਨ ਨੂੰ ਟਿਕਾਓ ਆ ਗਿਆ, ਸ਼ਾਂਤੀ ਆ ਗਈ, ਮਨ ਜੁੜ ਗਿਆ ਬਈ ਕੀਰਤਨ ਵਿੱਚ, ਮਨ ਜੁੜ ਗਿਆ ਕਥਾ ਵਿੱਚ, ਮਨ ਜੁੜ ਗਿਆ ਬਾਣੀ ਵਿੱਚ, ਮਨ ਜੁੜ ਗਿਆ ਨਾਮ ਵਿੱਚ। ਇਸ ਕਰਕੇ ਮਨ ਨੂੰ ਸ਼ਾਂਤੀ ਆ ਜਾਏ ਸੱਚੇ ਪਾਤਸ਼ਾਹ। ਸ੍ਰੀ ਅਰਜਨ ਸੁਣ ਬਾਕ ਬਖਾਨਾ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਬੇਨਤੀ ਸੁਣ ਕੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤਾ। ਰਾਜ ਤਮ ਗੁਣ ਜੇ ਤਿਆਗ ਨਹਿ ਨਾਨਾ। ਸਾਧ ਸਿੰਘ ਜੀ ਹੁਣ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ, ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਇਹ ਤ੍ਰਿਗੁਣੀ ਸ੍ਰਿਸ਼ਟੀ ਕਿਉਂ ਕਹੀ ਜਾਂਦੀ ਹੈ? ਇਹ ਤਿੰਨਾਂ ਗੁਣਾਂ ਕਰਕੇ, ਇੱਕ ਰਜੋ ਗੁਣ ਦਾ ਸੁਭਾਅ, ਇੱਕ ਤਮੋ ਗੁਣ ਦਾ, ਇੱਕ ਸਤੋ ਗੁਣ ਦਾ। ਇਹ ਅੱਗੇ ਸਾਰਾ ਸਪਸ਼ਟ ਹੋ ਜਾਏਗਾ ਜੇ ਧਿਆਨ ਪੂਰਵਕ ਸੁਣੋਗੇ। ਰਾਜ ਤਮ ਗੁਣ ਜੇ ਤਿਆਗ ਨਾ ਨਾਨਾ, ਮਹਾਰਾਜ ਕਹਿੰਦੇ ਭਾਈ
ਸ਼ਾਂਤੀ ਉਨਾ ਚਿਰ ਨਹੀਂ ਆਉਂਦੀ ਜਿੰਨਾ ਚਿਰ ਰਜੋ ਗੁਣ ਤੇ ਤਮੋ ਗੁਣ ਦਾ ਤਿਆਗ ਨਹੀਂ ਕਰਦਾ। ਰਜੋ ਗੁਣ ਦੇ ਸੁਭਾਅ ਨੂੰ ਤੇ ਤਮੋ ਗੁਣ ਦੇ ਸੁਭਾਅ ਨੂੰ ਜਿੰਨਾ ਚਿਰ ਛੱਡਦਾ ਨਹੀਂ ਨਾ, ਉਨਾ ਚਿਰ ਮਹਾਰਾਜ ਕਹਿੰਦੇ ਸ਼ਾਂਤੀ ਨਹੀਂ ਆਉਂਦੀ ਹੈ। ਹਿਰਦੈ ਸ਼ਾਂਤ ਕੀ ਗੁਣ ਨਹਿ ਧਾਰੋ, ਜਿੰਨਾ ਚਿਰ ਸਤੋ ਗੁਣ ਸ਼ਾਂਤੀ ਵਾਲਾ ਗੁਣ ਨਹੀਂ ਧਾਰਨ ਕਰਦਾ ਬੰਦਾ, ਤਉ ਲਗ ਸ਼ਾਂਤ ਨਾ ਭਲੇ ਵਿਚਾਰੋ। ਇਹ ਭਲੀ ਵਿਚਾਰ ਸੋਚ ਲਓ ਮਨ ਵਿੱਚ, ਉਨਾ ਚਿਰ ਸ਼ਾਂਤੀ ਨਹੀਂ ਆਏਗੀ ਕਦੇ ਵੀ। ਸੁਣ ਸਿੱਖਨ ਗੁਰ ਬੂਜਨ ਕਰੇ, ਹੁਣ ਆਪਣੇ ਵਾਲਾ ਹੀ ਸਵਾਲ ਸਿੱਖਾਂ ਨੇ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਗੁਣ ਨ ਪਰੀਖਿਆ ਹਮ ਕਿਮ ਧਰੇ, ਇਹ ਤਾਂ ਨਾ ਹੀ ਅੱਜ ਸੁਣਿਆ ਵੀ ਰਜੋ ਤਮੋ ਸਤੋ ਗੁਣ ਕੋਈ ਹੁੰਦੇ ਹੈ, ਇਹਨਾਂ ਗੁਣਾਂ ਦੀ ਪ੍ਰੀਖਿਆ ਅਸੀਂ ਕਿਵੇਂ ਧਾਰਨ ਕਰੀਏ, ਸਾਨੂੰ ਕਿਵੇਂ ਪਤਾ ਲੱਗੇ ਵੀ ਰਜੋ ਗੁਣ ਕਿਹੋ ਜਿਹਾ ਹੁੰਦਾ, ਤਮੋ ਗੁਣ ਕਿਹੋ ਜਿਹਾ ਹੁੰਦਾ, ਸਤੋ ਗੁਣ ਦਾ ਸੁਭਾਅ ਕੀ ਹੈ। ਸ਼੍ਰੀ ਮੁਖ ਤੇ ਕਹਿ ਸੁਣਦੇ ਮਨ ਹੈ, ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਕੰਨ ਦੇ ਕੇ ਆਪਾਂ ਗੱਲ ਕਰਦੇ ਹਾਂ ਵੀ ਕਾਕਾ ਕੰਨ ਦੇ ਕੇ ਗੱਲ ਸੁਣ, ਭਾਵ ਧਿਆਨ ਦੇ ਮੇਰੀ ਗੱਲ ਵੱਲ ਜਿਹੜੀ ਮੈਂ ਤੈਨੂੰ ਆਖਣ ਲੱਗਾ, ਇਹ ਗੱਲ ਨੂੰ ਧਿਆਨ ਨਾਲ ਸੁਣੀ ਗੱਲ ਚੇਤੇ ਹੋ ਜਾਂਦੀ ਹੈ, ਭੁੱਲਦੀ ਨਹੀਂ। ਬਸ ਧਿਆਨ ਦਾ ਇਹੀ ਸਭ ਤੋਂ ਵੱਡਾ ਮਹੱਤਵ ਹੈ, ਧਿਆਨ ਦੇ ਦਿਓ ਚੇਤੇ ਰਹਿ ਜਾਏਗੀ ਕੋਈ ਵੀ ਗੱਲ, ਧਿਆਨ ਨਾ ਦਿਓ ਭਾਵੇਂ ਢੋਲ ਵਜਾਈ ਜਾਵੇ ਕੋਲੇ ਤਾਂ ਵੀ ਨਹੀਂ ਬੰਦਾ ਸੁਣਦਾ। ਇਸ ਕਰਕੇ ਮਹਾਰਾਜ ਕਹਿੰਦੇ ਕੰਨ ਦੇ ਕੇ ਸੁਣਨਾ ਕਰੋ, ਔਰ ਨਾਲ ਕਹਿਤਾ ਸੁਣਦੇ ਮਨ ਹੈ ਮਨ ਦੇ ਕੇ, ਭਾਵ ਮਨ ਨੂੰ ਜੋੜ ਕੇ ਇਹ ਬਚਨ ਸੁਣਨਾ ਕਰੋ। ਮਹਾਰਾਜ ਕਹਿੰਦੇ ਹਿੰਸਾ ਕ੍ਰੋਧ ਤਾਮਸੀ ਗੁਣ ਹੈ, ਜਿਹੜਾ ਜੀਵਾਂ ਨੂੰ ਮਾਰਨਾ ਔਰ ਕ੍ਰੋਧ ਗੁੱਸਾ ਕਰਨਾ ਬਹੁਤ ਜ਼ਿਆਦਾ, ਇਹ ਤਮੋ ਗੁਣ ਹੈ। ਕਰਨੋ ਲੋਭ ਹਿਰਦੈ ਅਭਿਮਾਨ, ਤਮੋ ਗੁਣ ਦੀ ਪਛਾਣ ਦੱਸਦੇ ਹੈ ਕਿ ਲੋਕਾਂ ਨਾਲ ਝਗੜਾ ਪਾਈ ਰੱਖਣਾ, ਡਾਂਗ ਸੋਟਾ ਖੜਾ ਰੱਖਣਾ, ਗੁੱਸਾ ਹੀ 24 ਘੰਟੇ ਕ੍ਰੋਧ ਵਿੱਚ ਹੀ ਭਰੇ ਪੀਤੇ ਰਹਿਣਾ, ਕਦੇ ਸ਼ਾਂਤ ਹੋਣਾ ਹੀ ਨਹੀਂ, ਕਦੇ ਮੁਸਕਰਾ ਕੇ ਠੰਡਕ ਨਾਲ ਗੱਲ ਹੀ ਨਹੀਂ ਕਰਨੀ ਨਾ ਸੁਣਨੀ ਹੈ, ਅੱਠੇ ਪਹਿਰ ਕ੍ਰੋਧ ਵਿੱਚ ਹੀ ਭਰੇ ਪੀਤੇ ਰਹਿਣਾ, ਇਹ ਮਹਾਰਾਜ ਕਹਿੰਦੇ ਤਮੋ ਗੁਣ ਦੀਆਂ ਨਿਸ਼ਾਨੀਆਂ ਹਨ। ਔਰ ਜਿਹੜਾ ਲੋਭ ਕਰਨਾ, ਲਾਲਚ ਕਿਸੇ ਵਸਤੂ ਦਾ, ਕਿਸੇ ਪਦਾਰਥ ਦਾ, ਔਰ ਕਿਸੇ ਗੱਲ ਦਾ ਮਨ ਵਿੱਚ ਹੰਕਾਰ ਜਿਹੜਾ ਕਰਨਾ, ਇੱਥੇ ਕ੍ਰੋਧ ਦਾ ਤਿਆਗ ਹੋ ਗਿਆ, ਕ੍ਰੋਧ ਇੱਥੇ ਤਮੋ ਗੁਣ ਨਾਲ ਜੁੜ ਗਿਆ, ਅਤੇ ਜਿਹੜਾ ਲੋਭ ਹੈ ਅਤੇ ਹੰਕਾਰ ਹੈ, ਇਹ ਦੋ ਜਿੱਥੇ ਆ ਜਾਂਦੇ ਹੈ। ਇਹੀ ਰਾਜਸੀ ਗੁਣ ਨ ਪਛਾਣ, ਇਹ ਰਜੋ ਗੁਣ ਦੀ ਪਛਾਣ ਹੈ। ਮਹਾਰਾਜ ਕਹਿੰਦੇ ਜਦੋਂ ਲੋਭ ਆਉਂਦਾ ਮਨ ਵਿੱਚ, ਹੰਕਾਰ ਆਉਂਦਾ, ਇਹ ਰਜੋ ਗੁਣ, ਰਾਜੇ ਲੋਕਾਂ ਦੇ ਅੰਦਰ ਹੰਕਾਰ ਹੁੰਦਾ ਨਾ ਆਪਣੀ ਪਦ ਪਦਵੀ ਦਾ, ਆਪਣੇ ਅਹੁਦੇ ਦਾ, ਉਹ ਰਜੋ ਗੁਣੀ ਤਾਂ ਹੁੰਦੇ ਹੈ। ਲੋਭ ਉਹਨਾਂ ਨੂੰ ਹੁੰਦਾ ਵੀ ਆਹ ਵੀ ਇਕੱਠਾ ਕਰ ਲਈ, ਆਹ ਵੀ ਇਕੱਠਾ ਕਰ ਲਈ, ਇਹਦੇ ਵੀ ਢੇਰ ਲਾ ਲਈਏ, ਇਹਦੇ ਵੀ ਲਾ ਲਈਏ, ਇਉਂ ਭਾਈ ਇਹ ਮਹਾਰਾਜ ਕਹਿੰਦੇ ਬਈ ਰਜੋ ਗੁਣ ਹੈ।
ਇਹੀ ਰਾਜਸੀ ਗੁਣਨ ਪਛਾਣ, ਇਹ ਰਜੋ ਗੁਣ ਦੀ ਰਾਜਸੀ ਗੁਣਾਂ ਵਾਲੇ ਖਿਆਲਾਂ ਦੀ ਪਛਾਣ ਹੈ, ਨਿਸ਼ਾਨੀ ਹੈ। ਮਿੱਠਾ ਬੋਲਣ ਅਰ ਨਿਭ ਚਾਲੇ, ਮਿੱਠਾ ਬੋਲਣਾ ਹਰ ਇੱਕ ਨਾਲ ਤੇ ਨਿਭ ਕੇ ਚੱਲਣਾ, ਹਉਮੈ ਨੂੰ ਛੱਡ ਕੇ ਨਿਮਰਤਾ ਧਾਰਨ ਕਰਨੀ ਹੈ। ਇਹੀ ਸ਼ਾਂਤ ਕੀ ਹੋ ਸੁਖ ਵਾਲੇ, ਇਹ ਬਈ ਸ਼ਾਂਤ ਕੀ ਵਾਲਾ ਸੁਭਾਅ, ਇਹਨੂੰ ਸਤੋ ਗੁਣ ਕਹਿੰਦੇ ਹੈ। ਇਹਦੇ ਨਾਲ ਭਾਈ ਸਾਰੇ ਸੁੱਖ ਮਿਲਦੇ ਹੈ। ਮਹਾਂਪੁਰਖ ਧੰਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਬਚਨ ਕਿਹਾ ਕਰਦੇ, ਨਿਮਰਤਾ ਰੱਖਣ ਵਾਲੇ ਦੇ ਵੱਡੇ ਵੱਡੇ ਕਸ਼ਟ ਟਲ ਜਾਂਦੇ ਹੈ। ਨਿਮਰਤਾ ਦਾ ਐਡਾ ਵੱਡਾ ਫਲ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜਾ ਮਿੱਠਾ ਬੋਲਣਾ ਹਰ ਇੱਕ ਨੂੰ ਅਤੇ ਨਿਭ ਕੇ ਨਿਉਂ ਕੇ ਨਿਮਰਤਾ ਧਾਰ ਕੇ ਚੱਲਣਾ, ਇਹ ਸਤੋ ਗੁਣ ਦੀ ਨਿਸ਼ਾਨੀ ਹੈ। ਔਰ ਸਤੋ ਗੁਣ ਵਾਲੇ ਨੂੰ ਬਹੁਤ ਸੁੱਖ ਹੁੰਦਾ ਹੈ। ਇਹ ਸੁੱਖ ਦੇਣ ਵਾਲਾ ਗੁਣ ਹੈ। ਜਿਸ ਆਹਾਰ ਤੇ ਉਤਪਤ ਹੋਏ, ਹੁਣ ਜਿਹੜੇ ਆਹਾਰ ਭੋਜਨ ਨਾਲ ਇਹ ਚੀਜ਼ਾਂ ਮਨ ਵਿੱਚ ਪੈਦਾ ਹੁੰਦੀਆਂ ਨਾ, ਤਮੋ ਗੁਣ, ਰਜੋ ਗੁਣ, ਸਤੋ ਗੁਣ, ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਹਾਰ, ਜਿਹੜਾ ਭੋਜਨ, ਜਿਹੜਾ ਖਾਣਾ ਖਾਣ ਦੇ ਨਾਲ ਇਹ ਚੀਜ਼ਾਂ ਅੰਦਰ ਉਤਪਤ ਹੁੰਦੀਆਂ, ਪੈਦਾ ਹੁੰਦੀਆਂ ਅਤੇ ਬਣਦੀਆਂ ਹਨ। ਸਰਵਣ ਕਰੋ ਮਨ ਦੇ ਕਰ ਸੋਏ, ਮਨ ਦੇ ਕੇ ਸੁਣਨਾ ਕਰੋ, ਉਹ ਵੀ ਦੱਸਦੇ ਹਾਂ ਗੁਰਸਿੱਖੋ ਤੁਹਾਨੂੰ। ਨਿਸਬਾਸੀ ਚਰਪਰਾ ਜੋ ਖਾਵੇ, ਜਿਹੜਾ ਬੰਦਾ ਰਾਤ ਦਿਨ ਮਹਾਰਾਜ ਕਹਿੰਦੇ ਬਾਸੀ ਬਹਿਆ ਭੋਜਨ ਖਾਂਦਾ, ਚਰਪਰਾ ਮਸਾਲਿਆਂ ਵਾਲਾ, ਤੇਜ਼ ਤਿੱਖੇ ਮਸਾਲਿਆਂ ਵਾਲਾ, ਜਿਹੜਾ ਬੰਦਾ ਮਿਰਚ ਮਸਾਲੇ ਬਹੁਤੇ ਖਾਂਦਾ ਹੈ। ਬਹੁਤ ਸੁਪਤੇ ਪਰ ਨਿੰਦ ਅਲਾਵੇ, ਤੀਜਾ ਬਹੁਤਾ ਹੀ ਸੌਂਦਾ ਹੈ, ਚੌਥਾ ਪਰਾਇਆਂ ਦੀ ਨਿੰਦਿਆ ਕਰਦਾ, ਨਿੰਦਿਆ ਕਰਨ ਨੂੰ ਹਟਦਾ ਹੀ ਨਹੀਂ, ਨਿੰਦਿਆ ਹੀ ਕਰੀ ਜਾਂਦਾ ਹੈ। ਰੱਖ ਆਪਣੋ ਬੇਸ ਮਲੀਨ, ਪੰਜਵਾਂ ਆਪਣੇ ਵਸਤਰ ਹਮੇਸ਼ਾ ਮੈਲੇ ਕੁਚੈਲੇ ਰੱਖਦਾ, ਵਸਤਰ ਧੋ ਕੇ ਸਾਫ ਕਰਕੇ ਨਹੀਂ ਪਾਉਂਦਾ। ਬੋਲੇ ਕੂਰ ਸੰਗ ਬੁੱਧਹੀਨ, ਔਰ ਬੁੱਧੀ ਤੋਂ ਹੀਣਾ ਹਮੇਸ਼ਾ ਹੀ ਝੂਠ ਬੋਲਦਾ। ਕਈਆਂ ਦਾ ਸੁਭਾਅ ਹੁੰਦਾ ਪੈਰ ਪੈਰ ਤੇ ਝੂਠ ਬੋਲੀ ਜਾਣਗੇ, ਦੇਖਣ ਵਾਲਾ ਮੁਸਕਰਾਈ ਜਾਂਦਾ ਵੀ ਆਹ ਗੱਲ ਜਿਹੜੀ ਬੋਲ ਰਿਹਾ ਇਹ ਝੂਠ ਬੋਲ ਰਿਹਾ, ਮੇਰੇ ਸਾਹਮਣੇ ਹੈ ਤਾਂ ਗੱਲ ਹੋਰ ਹੈ ਪਰ ਇਹ ਝੂਠ ਬੋਲੀ ਜਾਂਦਾ। ਕਹਿੰਦੇ ਬਹੁਤਾ ਝੂਠ ਬੋਲਦਾ ਤੇ ਬੁੱਧੀ ਤੋਂ ਅਕਲ ਤੋਂ ਹੀਣਾ ਹੈ। ਇਹਦੇ ਵਿੱਚੋਂ ਜਿਹੜਾ ਮਰਜ਼ੀ ਵੀ ਦੋਸ਼ ਹੋਵੇ, ਬਿਆ ਭੋਜਨ ਖਾ ਲਵੇ ਤਾਂ ਵੀ ਤਮੋ ਗੁਣ, ਮਸਾਲਿਆਂ ਵਾਲਾ ਖਾਊਗਾ ਤਿੱਖੀ ਮਿਰਚ ਮਸਾਲਾ ਖਾ ਕੇ ਦੇਖ ਲਓ ਬੰਦੇ ਨੂੰ ਕ੍ਰੋਧ ਆਈ ਜਾਂਦਾ ਬਾਅਦ ਵਿੱਚ। ਕਹਿੰਦਾ ਠੰਡਾ ਪਾਣੀ ਲਿਆਓ, ਲੱਸੀ ਦਾ ਗੜਬਾ ਭਰ ਕੇ ਦਿਓ, ਮੇਰੇ ਅੰਦਰ ਅੱਗ ਲੱਗੀ ਪਈ ਹੈ, ਮਸਾਲੇ ਨੂੰ ਖਾ ਲਏ ਮਿਰਚਾਂ ਰਗੜ ਰਗੜ ਕੇ। ਸੋ ਸਾਧ ਸੰਗ ਜੀ ਬਹੁਤਾ ਹੀ ਸੁੱਤੇ ਰਹਿਣਾ ਤਾਂ ਵੀ, ਨਿੰਦਿਆ ਹੀ ਕਰੀ ਜਾਣੀ ਤਾਂ ਵੀ, ਵਸਤਰ ਮੈਲੇ ਰੱਖਣੇ ਤਾਂ ਵੀ, ਝੂਠ ਬੋਲੇ ਤਾਂ ਵੀ, ਇਹ ਸਾਰੀਆਂ ਗੱਲਾਂ ਨਾਲ ਬੁੱਧੀ ਤੋਂ ਹੀਣਾ, ਅਕਲ ਤੋਂ ਹੀਣਾ, ਇਹਦਾ ਇੱਕ ਵੱਡਾ ਦੋਸ਼ ਹੈ। ਕਹਿੰਦੇ ਇਸ ਨਾਲ ਬੰਦਾ ਬੁੱਧੀ ਤੋਂ ਹੀਣਾ ਹੋ ਜਾਂਦਾ। ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੂੰ ਕਿਸੇ ਨੇ ਪੁੱਛਿਆ ਸੀ, ਤੁਸੀਂ ਕਿਰਿਆ ਕਰਕੇ ਸਰੀਰ ਦੀ ਇੱਕ ਇੱਕ ਪੀਪੇ ਦੇ ਰੇਤੇ ਨਾਲ ਹੱਥ ਮਾਂਜ ਦਿੰਦੇ ਹੋ, ਇੰਨੀ ਸੁੱਚਮ ਰੱਖਦੇ ਹੋ, ਸਾਰਾ ਦਿਨ ਇਸ਼ਨਾਨ ਕਰਦੇ ਹੋ, ਵਸਤਰ ਬੜੇ ਸਾਫ਼ ਪਾਉਂਦੇ ਹੋ, ਇੰਨੀ ਸੁੱਚਮ ਰੱਖਣ ਦਾ ਮਤਲਬ ਕੀ ਹੈ?
ਮਹਾਂਪੁਰਖ ਕਹਿਣ ਲੱਗੇ ਭਾਈ ਸੁੱਚਮ ਜਿੰਨੀ ਵੀ ਰੱਖੀਏ ਨਾ ਕੋਈ ਨਾ ਕੋਈ ਕਹਿੰਦੇ ਸੁੱਚਮ ਜ਼ਿਆਦਾ ਰੱਖਣ ਨਾਲ ਕਹਿੰਦੇ ਸੁੱਚਮ ਜ਼ਿਆਦਾ ਰੱਖਣ ਨਾਲ ਜਿਹੜੀ ਬੁੱਧੀ ਹੈ ਉਹ ਨਿਰਮਲ ਹੁੰਦੀ ਹੈ। ਗੁਰਬਾਣੀ ਦਾ ਅਰਥ, ਗੁਰਬਾਣੀ ਦਾ ਸਿਧਾਂਤ ਬੁੱਧੀ ਦੇ ਵਿੱਚ ਐਂ ਟਿਕ ਜਾਂਦਾ ਜਿਵੇਂ ਕੋਈ ਖਜ਼ਾਨੇ ਵਿੱਚ ਜਾ ਕੇ ਹੀਰੇ ਮੋਹਰਾਂ ਰੱਖ ਦਿੰਦਾ। ਸੁੱਚਮ ਰੱਖਣ ਨਾਲ, ਸੁੱਚਮ ਦਾ ਅਤੇ ਸਫਾਈ ਦਾ ਫਰਕ ਹੈ। ਸਫਾਈ ਦਾ ਸੰਬੰਧ ਸੰਗਤ ਜੀ ਸਰੀਰ ਨਾਲ ਹੈ, ਸੁੱਚਮ ਦਾ ਸੰਬੰਧ ਹੈ ਮਨ ਨਾਲ, ਤੁਹਾਡੀ ਬੁੱਧੀ ਨਾਲ। ਇਹ ਖਿਆਲ ਹਮੇਸ਼ਾ ਰੱਖਣਾ, ਇਹ ਬ੍ਰਾਹਮਣਵਾਦ ਜਾਂ ਕਰਮ ਕਾਂਡ ਨਹੀਂ। ਜਿਹੜੇ ਐਵੇਂ ਗੱਲਾਂ ਬੋਲੀ ਜਾਂਦੇ ਹੈ ਉਹਦਾ ਕੋਈ ਮਤਲਬ ਨਹੀਂ। ਸੁੱਚ ਹੋਵੇ ਤਾਂ ਸੱਚ ਪਾਈਏ, ਜੇ ਤੇਰੇ ਕੋਲ ਸੁੱਚਮ ਹੈ ਤਾਂ ਹੀ ਤੈਨੂੰ ਸੱਚੇ ਦੀ ਪ੍ਰਾਪਤੀ ਹੋਏਗੀ, ਨਹੀਂ ਤਾਂ ਕਦੇ ਨਹੀਂ ਹੋਏਗੀ। ਗੁਰੂ ਸਾਹਿਬ ਨੇ ਕਿੱਥੇ ਕਿਹਾ ਵੀ ਮੈਲੇ ਕੁਚੈਲੇ ਰਹੋ, ਝੂਠ ਹੀ ਖਾਈ ਜਾਓ, ਝੂਠ ਹੀ ਵਰਤਾਈ ਜਾਓ? ਕਿੱਥੇ ਲਿਖਿਆ ਮਹਾਰਾਜ ਨੇ? ਗੁਰੂ ਸਾਹਿਬ ਨੇ ਹਰ ਥਾਂ ਕਿਹਾ ਵੀ ਝੂਠ ਝੂਠ ਤੋਂ ਬਚ ਕੇ ਰਹੋ, ਝੂਠ ਨਹੀਂ ਖਾਣੀ। ਇਸ ਕਰਕੇ ਭਾਈ ਸਫਾਈ ਸਰੀਰ ਦੀ ਰੱਖਣੀ ਹੈ, ਔਰ ਸੁੱਚਮ ਜਿਹੜੀ ਹੈ ਉਹ ਹਮੇਸ਼ਾ ਪਵਿੱਤਰਤਾ ਜਿਹੜੀ ਆਪਣੀ ਬਣਾ ਕੇ ਰੱਖਣੀ ਹੈ। ਹੁਣ ਬੰਦਾ ਪੈਰਾਂ ਨੂੰ ਹੱਥ ਲਾ ਲਾ ਕੇ, ਸਰੀਰ 'ਤੇ ਖਾਜ ਕਰ ਕਰਕੇ, ਮੂੰਹ ਦੇ ਵਿੱਚ ਉਂਗਲਾਂ ਦੇ ਕੇ, ਕੰਨਾਂ ਵਿੱਚ, ਨੱਕ ਵਿੱਚ, ਉਹੀ ਹੱਥ ਮਹਾਰਾਜ ਦੇ ਅੰਗਾਂ ਨੂੰ ਲਾਈ ਜਾ ਰਿਹਾ, ਉਹ ਬੇਅਦਬੀ ਨਹੀਂ ਗੁਰੂ ਕੀ? ਉੱਥੇ ਸੁੱਚਮ ਦਾ ਪਹਿਰਾ ਵੀ ਭਾਈ ਪੈਰਾਂ ਵਾਲੇ ਹੱਥ, ਕਿਤੇ ਸਰੀਰ ਨੂੰ ਖੁਰਕਿਆ ਉਹ ਹੱਥ, ਮੂੰਹ ਵਾਲੇ, ਨੱਕ ਵਾਲੇ, ਕੰਨਾਂ ਵਾਲੇ ਹੱਥ, ਇਹ ਕਦੇ ਗੁਟਕੇ ਨੂੰ ਪੋਥੀਆਂ ਨੂੰ ਨਹੀਂ ਲਾਉਣੇ। ਇਹ ਸੁੱਚਮ ਹੈ, ਇਹ ਪਵਿੱਤਰਤਾ ਹੈ, ਇਹ ਖਿਆਲ ਰੱਖਣਾ ਇਹਨਾਂ ਗੱਲਾਂ ਦਾ। ਸੁੱਚਮ ਵੀ ਰੱਖਣੀ ਹੈ, ਸਫਾਈ ਵੀ ਰੱਖਣੀ ਹੈ। ਸਫਾਈ ਰੱਖੋਗੇ ਸਰੀਰ ਐਨ ਨਿਰੋਗ ਰਹੇਗਾ, ਸੁੱਚਮ ਰੱਖੋਗੇ ਤੁਹਾਡਾ ਮਨ ਨਿਰਮਲ ਰਹੇਗਾ, ਮਨ ਸ਼ੁੱਧ ਰਹੇਗਾ, ਮਨ ਮੈਲਾ ਨਹੀਂ ਕਦੇ ਹੋਏਗਾ, ਮਨ ਵਿੱਚ ਨਾਮ ਜਪਣ ਦਾ ਪ੍ਰੇਮ ਪੈਦਾ ਹੋਏਗਾ, ਬਾਣੀ ਪੜ੍ਹਨ ਨੂੰ ਹੋਰ ਦਿਲ ਕਰੇਗਾ। ਸੰਤ ਮਹਾਰਾਜ ਅੱਠੇ ਪਹਿਰ ਗੁਰਬਾਣੀ ਪੜ੍ਹੀ ਜਾਂਦੇ ਸਨ, ਸੰਤ ਬਾਬਾ ਠਾਕੁਰ ਸਿੰਘ ਜੀ ਇੰਨੀ ਸੁੱਚਮ ਰੱਖਦੇ, ਸਾਧ ਸਿੰਘ ਜੀ ਥੋੜ੍ਹੀ ਜਿਹੀ ਸਰੀਰ ਦੀ ਕਿਰਿਆ, ਦਿਨ ਵਿੱਚ ਪੰਜ ਵਾਰੀ ਇਸ਼ਨਾਨ ਕਰਦੇ ਸਨ ਉਹ, ਔਰ ਉਨੇ ਵਾਰੀ ਧੋਤੇ ਵਸਤਰ ਬਦਲਣੇ ਉਹਨਾਂ ਨੇ, ਔਰ ਸਾਰਾ ਦਿਨ ਉਹਨਾਂ ਨੇ ਬਾਣੀ ਵਿੱਚ ਹੀ ਲੱਗੇ ਰਹਿਣਾ। ਜੇ ਹੁਣ ਕੋਈ ਤਰਕਵਾਦੀ ਉੱਠ ਕੇ ਕਹੇ ਬਾਬਾ ਜੀ ਇੰਨੀ ਵਾਰੀ ਕਿਉਂ ਨਹਾਤੇ, ਇੰਨੀ ਵਾਰੀ ਸੁੱਚੇ ਕੱਪੜੇ ਕਿਉਂ ਪਾਏ, ਉਹ ਤਾਂ ਉਹਨਾਂ ਨੂੰ ਪੁੱਛ ਕੇ ਦੇਖਣਾ ਸੀ ਨਾ ਵੀ ਉਹਨਾਂ ਨੂੰ ਕਿਉਂ ਇਹ ਸਾਰੀ ਕਿਰਿਆ ਸਾਧਨੀ ਪੈਂਦੀ ਸੀ। ਉਹ ਤਾਂ ਸਾਧਦੇ ਸਨ, ਉਹ ਕਹਿੰਦੇ ਵੀ ਹੁੰਦੇ ਸਨ, ਕਹਿੰਦੇ ਭਾਈ ਸੁੱਚਮ ਰੱਖਣ ਦੇ ਨਾਲ ਬਾਣੀ ਵਿੱਚ ਮਨ ਹੋਰ ਵਧੇਰੇ ਜੁੜਦਾ, ਗੁਰੂ ਦਾ ਭੈ, ਗੁਰੂ ਦਾ ਆਦਰ। ਇਹ ਜਿਹੜੀ ਸੁੱਚਮ ਰੱਖਣੀ ਆ ਗੁਰੂ ਦੇ ਅਦਬ ਲਈ ਰੱਖਣੀ ਹੈ, ਸਤਿਕਾਰ ਲਈ ਰੱਖਣੀ ਹੈ। ਕਈਆਂ ਨੂੰ ਤਾਂ ਪਤਾ ਨਹੀਂ, ਥੱਲੇ ਵੀ ਹੱਥ ਲਾਈ ਜਾਣਗੇ ਮਹਾਰਾਜ ਦੇ ਸਰੂਪ ਨੂੰ ਵੀ, ਇੱਥੇ ਪੈਰ ਲੱਗੇ ਹੈ। ਗੁਰੂ ਸਾਹਿਬ ਦੀ ਵਿਸ਼ੇਸ਼ਤਾ ਰੱਖੋ, ਗੁਰੂ ਕਾ ਅਦਬ ਰੱਖੋ, ਇਹ ਭਾਈ ਸਾਰੀ ਸੁੱਚਮ ਹੈ। ਇਸ ਕਰਕੇ ਸੁੱਚਮ ਦਾ ਸੰਬੰਧ ਤੁਹਾਡੀ ਸੁਰਤ ਨਾਲ, ਮਨ ਨਾਲ, ਬੁੱਧੀ ਨਾਲ ਹੈ। ਸਫਾਈ ਦਾ ਸੰਬੰਧ ਤੁਹਾਡੇ ਸਰੀਰ ਨਾਲ ਹੈ। ਇਸ ਕਰਕੇ ਕਹਿੰਦੇ ਇਹ ਜਿਹੜੀਆਂ ਸਾਰੇ ਪੱਖ ਹਨ, ਕਦੇ ਵੀ ਵਸਤਰ ਮੈਲੇ ਨਹੀਂ ਰੱਖਣੇ, ਝੂਠ ਨਹੀਂ ਬੋਲਣਾ, ਅਤੇ ਜਿਹੜਾ ਬੰਦਾ ਇਹ ਸਾਰਾ ਕੁਝ ਕਰਦਾ ਨਾ, ਜਿਹੜਾ ਪਿੱਛੇ ਦੱਸਿਆ, ਉਹਦੀ ਬੁੱਧੀ ਤੋਂ ਹੀਣਾ ਹੋ ਜਾਂਦਾ, ਅਕਲ ਨਹੀਂ ਉਹਦੀ ਕੰਮ ਕਰਦੀ।
ਬੁੱਧੀ ਉੱਤੇ ਮੈਲ ਜੰਮ ਜਾਂਦੀ ਹੈ, ਬੁੱਢੀ ਬੁੱਧੀ ਉਹਦੀ ਮੋਟੀ ਹੋ ਜਾਂਦੀ ਹੈ, ਉਹ ਸੂਖਮ ਵਿਸ਼ਿਆਂ ਨੂੰ ਨਹੀਂ ਗ੍ਰਹਿਣ ਕਰ ਸਕਦਾ ਕਦੇ ਵਾਸਤੇ। ਇਸ ਤੇ ਤਾਮਸ ਗੁਣ ਉਪਜੰਤੇ, ਇਹਦੇ ਨਾਲ ਤਮੋ ਗੁਣ ਵਾਲੇ ਗੁਣ, ਇਹਦੇ ਨਾਲ ਤਮੋ ਗੁਣ ਵਾਲੇ ਖਿਆਲ ਮਨ ਵਿੱਚ ਪੈਦਾ ਹੁੰਦੇ ਆ, ਮਨ ਵਿੱਚੋਂ ਕ੍ਰੋਧ ਵਾਲੀਆਂ ਗੱਲਾਂ ਉੱਠਣ ਲੱਗ ਪੈਂਦੀਆਂ, ਕ੍ਰੋਧ ਆਉਣ ਲੱਗ ਜਾਂਦਾ ਹੈ ਮਨ ਵਿੱਚ ਗੁੱਸਾ। ਮਧੁਰ ਸਲਵਣ ਆਹਾਰ ਕਰੰਤੇ, ਜਿਹੜਾ ਮਿੱਠਾ ਖਾਂਦਾ ਸਲੂਣਾ ਭੋਜਨ ਕਰਦਾ ਹੈ। ਇਸਤਰੀ ਰਮਣ ਸੁਜਸ ਕੋ ਚਾਹੈ, ਜਿਹੜਾ ਵਿਕਾਰਾਂ ਦੀ ਇੱਛਾ ਰੱਖਦਾ ਤੇ ਆਪਣਾ ਜਸ ਵਡਿਆਈ ਚਾਹੁੰਦਾ, ਮੇਰੀ ਦੁਨੀਆਂ ਵਿੱਚ ਵਡਿਆਈ ਹੋਵੇ। ਗੁਣ ਸੁਰਾਜ ਸੀ ਇਸ ਤੇ ਲਹਿ, ਇਹ ਗੁਣ ਰਜੋ ਗੁਣ ਦੀਆਂ ਨਿਸ਼ਾਨੀਆਂ ਕਹਿੰਦੇ, ਮਿੱਠੇ ਭੋਜਨ ਖਾਣੇ, ਸਲੂਣੇ ਭੋਜਨ ਖਾਣੇ, ਮਿੱਠੇ ਭੋਜਨ ਦਾ ਤੇ ਸਲੂਣੇ ਭੋਜਨ ਦਾ। ਗੁਜਰਾਤੀ ਜਿਹੜੇ ਸਾਧ ਸੰਗਤ ਜੀ, ਉਹ ਦਾਲ ਬਣਾਉਣਗੇ ਉਹਦੇ ਵਿੱਚ ਵੀ ਗੁੜ ਪਾਉਂਦੇ ਆ, ਸਬਜ਼ੀ ਬਣਾਉਣਗੇ ਉਹਦੇ ਵਿੱਚ ਵੀ ਗੁੜ ਪਾਉਣਾ, ਉਹਨਾਂ ਨੇ ਉਹਨਾਂ ਦੇ ਉਸ ਸੂਬੇ ਦਾ ਉਸ ਸਟੇਟ ਦਾ ਐਸਾ ਹੀ ਉਹਨਾਂ ਦਾ ਸੁਭਾਅ, ਉਹ ਮਿੱਠਾ ਬਹੁਤ ਵਰਤਦੇ ਆ। ਇਸ ਕਰਕੇ ਮਦਰ ਮਿੱਠੇ ਭੋਜਨ ਖਾਣੇ ਜਾਂ ਸਲੂਣੇ ਭੋਜਨ ਖਾਣੇ, ਵਿਕਾਰਾਂ ਦੀ ਇੱਛਾ ਮਨ ਵਿੱਚ ਰੱਖਣੀ ਅਤੇ ਆਪਣਾ ਜਸ ਚਾਹੁਣਾ ਮੇਰੀ ਵਡਿਆਈ ਹੋਈ ਜਾਏ, ਦੁਨੀਆਂ ਮੈਨੂੰ ਨਮਸਕਾਰਾਂ ਕਰੇ, ਦੁਨੀਆਂ ਮੈਨੂੰ ਸਲਾਮਾਂ ਕਰੇ, ਇਹ ਇੱਛਾ ਰੱਖਣੀ, ਇਹ ਕਹਿੰਦੇ ਰਜੋ ਗੁਣ ਇਹਦੇ ਨਾਲ ਪੈਦਾ ਹੁੰਦਾ, ਰਜੋ ਗੁਣ ਦੀਆਂ ਨਿਸ਼ਾਨੀਆਂ ਹਨ। ਉਜਲ ਬਸਤਰ ਕਰਨ ਇਸ਼ਨਾਨ, ਐਨ ਸਾਫ ਬਸਤਰ, ਔਰ ਸਾਫ ਬਸਤਰ ਪਾਉਣੇ ਤੇ ਇਸ਼ਨਾਨ ਕਰਨਾ। ਚਾਵਰ ਦਾਲ ਅਲਪਹਾਰ ਕਰ ਖਾਣ, ਦਾਲ ਤੇ ਚੌਲ, ਕੇਵਲ ਦਾਲ ਤੇ ਚੌਲ ਖਾਣਾ ਜਾਂ ਅਲਪ ਥੋੜਾ ਭੋਜਨ ਕਰਨਾ ਹਮੇਸ਼ਾ। ਹੋਏ ਸ਼ਾਂਤ ਕੀ ਗੁਣ ਇਨ ਕਰੇ, ਇਹਦੇ ਨਾਲ ਕਹਿੰਦੇ ਸਤੋ ਗੁਣ ਪੈਦਾ ਹੁੰਦਾ। ਉਜਲ ਬਸਤਰ ਪਾਓ, ਇਸ਼ਨਾਨ ਸਮੇਂ ਸਿਰ ਕਰੋ, ਦਾਲ ਚੌਲ ਦਾ ਭੋਜਨ ਹਲਕਾ ਭੋਜਨ ਕਰੋ, ਸਾਦਾ ਭੋਜਨ ਖਾਓ, ਤਾਂ ਇਹਦੇ ਨਾਲ ਸਤੋ ਗੁਣੀ ਜਿਹੜਾ ਜੀਵਨ ਦੇ ਵਿੱਚ ਸੁਭਾਅ ਬਣਦਾ, ਸਤੋ ਗੁਣ ਸ਼ਾਂਤੀ ਵਾਲੇ ਖਿਆਲ ਪੈਦਾ ਹੁੰਦੇ ਆ। ਇਹਨੂੰ ਪ੍ਰੀਖਿਆ ਕੋ ਇਮ ਧਰੇ, ਕਹਿੰਦੇ ਇਹਦੀ ਪਰਖ ਵੀ ਹੈ, ਇਹਦੇ ਪਰਖਣ ਦੀਆਂ ਨਿਸ਼ਾਨੀਆਂ ਵੀ ਇਸ ਤਰ੍ਹਾਂ ਧਾਰਨ ਕਰਨੀਆਂ ਹਨ, ਸਤਿਗੁਰੂ ਦੱਸਦੇ ਆ। ਸਨਮੁਖ ਸ਼ਬਦ ਬਦਨ ਦ੍ਰਿਗ ਕਰੀਆ ਹੈ, ਜਦੋਂ ਗੁਰੂ ਕਾ ਸ਼ਬਦ ਚੱਲ ਰਿਹਾ ਹੋਵੇ, ਬਾਣੀ ਚੱਲ ਰਹੀ ਹੋਵੇ ਜਾਂ ਗੁਰੂ ਕਾ ਉਪਦੇਸ਼ ਸੁਣਾਇਆ ਜਾ ਰਿਹਾ ਹੋਵੇ, ਬੰਦਾ ਆਪਣੇ ਨੇਤਰ ਆਪਣਾ ਚਿਹਰਾ ਉਸ ਤਰਫ ਕਰਕੇ ਤੁਰਦਾ, ਉੱਧਰ ਨੂੰ ਬੈਠਦਾ, ਉੱਧਰ ਵੱਲ ਹੀ ਆਪਣਾ ਮੁੱਖ ਤੇ ਆਪਣੇ ਨੇਤਰ ਆਪਣਾ ਧਿਆਨ ਕਰਦਾ ਹੈ। ਅਰਥ ਵਾਸਤਵ ਸਮਝ ਸੋ ਧਰੀਆ ਹੈ, ਅਰਥ ਜਿਹੜੇ ਵਾਸਤਵ ਦੇ ਵਿੱਚ ਅਰਥਾਂ ਦੀ ਸਮਝ ਆ ਜਾਏ, ਅਰਥ ਮਨ ਦੇ ਵਿੱਚ ਵਸ ਜਾਣ ਜੋ ਬਾਣੀ ਦੇ ਹੈ। ਮਨ ਟਿਕ ਰਹੇ ਨਾ ਡੋਲਹਿ ਜਾਏ, ਮਨ ਟਿਕਿਆ ਰਹੇ ਕਦੇ ਡੋਲੇ ਨਾ, ਕਦੇ ਘਬਰਾਵੇ ਨਾ, ਮਨ ਡੋਲ ਕੇ ਹੋਰ ਪਾਸੇ ਨਾ ਜਾਵੇ। ਤੋ ਗੁਣ ਸਾਤਕ ਕੇ ਲਖ ਪਾਏ, ਤਾਂ ਸਮਝ ਲਵੇ ਹੁਣ ਸਤੋ ਗੁਣ ਬਿਰਤੀ ਮੇਰੀ ਬਣ ਗਈ, ਸਤੋ ਗੁਣ ਮੇਰੇ ਅੰਦਰ ਅਧਿਕ ਹੋ ਗਿਆ। ਸੰਗਤ ਜੀ, ਸਤੋ ਸੰਜਾਏ ਤੇ ਗਿਆਨਾ, ਜਿੰਨਾ ਚਿਰ ਸ਼ਾਸਤਰ ਕਹਿੰਦੇ ਆ ਸਤੋ ਗੁਣ ਦੀ ਅੰਦਰ ਇਕੱਤਰ ਹੁੰਦਾ ਨਾ, ਸੰਜਾਏ ਤੇ ਦਾ ਅਰਥ ਹੁੰਦਾ ਇਕੱਤਰ ਕਰਨਾ, ਜਮ੍ਹਾਂ ਕਰਨਾ, ਸਤੋ ਸੰਜਾਏ ਤੇ ਗਿਆਨਾ, ਉਸ ਤੋਂ ਬਿਨਾਂ ਗਿਆਨ ਨਹੀਂ ਹੋਏਗਾ ਕਦੇ, ਪ੍ਰਭੂ ਦਾ, ਪਰਮੇਸ਼ਰ ਦਾ, ਵਾਹਿਗੁਰੂ ਦਾ।
ਹੁਣ ਇਹ ਜਿਹੜੇ ਦੋ ਗੁਣ ਹੈ ਤਮੋ ਤੇ ਰਜੋ, ਇਹ ਆਪਣੇ ਆਪ ਹੀ ਆਉਂਦੇ ਆ, ਅੰਦਰ ਭੱਜੇ ਹੀ ਆਉਂਦੇ ਆ। ਸਤੋ ਗੁਣ ਨੂੰ ਪੈਦਾ ਕਰਨ ਵਾਸਤੇ ਬੜਾ ਸਾਧਨ ਕਰਨਾ ਪੈਂਦਾ। ਸਤੋ ਗੁਣ ਦੀ ਕਿਰਿਆ ਸਾਰੀ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਸਤੋ ਗੁਣ ਦੀ ਸਾਧਨਾ। ਜਿਹੜਾ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹੋ, ਬਾਣੀ ਪੜ੍ਹਦੇ ਹੋ, ਇਹ ਵੀ ਸਤੋ ਗੁਣ ਦੀ ਸਾਧਨਾ। ਇਹਦੇ ਨਾਲ ਮਨ ਨਿਰਮਲ ਹੋਏਗਾ, ਮਨ ਟੇਕੇਗਾ, ਮਨ ਬਾਣੀ ਵਿੱਚ ਲੱਗ ਜਾਏਗਾ, ਜੁੜ ਜਾਏਗਾ, ਅਰਥਾਂ ਦੀ ਸਮਝ ਆ ਜਾਏਗੀ, ਮਨ ਡੋਲੇਗਾ ਨਹੀਂ ਕਦੇ। ਇਸ ਕਰਕੇ ਤਾਂ ਇਹ ਸਾਧਨਾ ਕਰਨੀ ਪੈਂਦੀ ਹੈ ਕਿ ਸਤੋ ਗੁਣ ਵੱਧ ਜਾਵੇ ਅਤੇ ਤਮੋ ਅਤੇ ਰਜੋ ਦਾ ਪ੍ਰਭਾਵ ਘੱਟ ਜਾਏ ਹੌਲੀ 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 ਹੌਲੀ। ਤਮੋ ਵੀ ਘੱਟ ਜਾਏ, ਰਜੋ ਵੀ ਘੱਟ ਜਾਏ, ਸਤੋ ਗੁਣ ਉੱਤੇ ਆ ਜਾਏ। ਜਦੋਂ ਐਨ 100 ਡਿਗਰੀ 'ਤੇ ਸਤੋ ਗੁਣ ਆ ਜਾਂਦਾ ਨਾ, ਉਦੋਂ ਕਹਿੰਦੇ ਫਿਰ ਗੱਲ ਬਣਨੀ ਸ਼ੁਰੂ ਹੋ ਜਾਂਦੀ। ਉਦੋਂ ਕਹਿੰਦਾ ਵੀ ਹਾਂ, ਹੁਣ ਬਾਣੀ ਵਿੱਚੋਂ ਨਾਮ ਵਿੱਚੋਂ ਰਸ ਵੀ ਆ ਰਿਹਾ, ਆਨੰਦ ਵੀ ਆ ਰਿਹਾ, ਔਰ ਹੁਣ ਅਗਲੇ ਲੋਕ ਦੀਆਂ ਇਹ ਲੋ ਇਹ ਮਨ ਲੈ ਜੋ ਉਨ ਮਨ ਰਹਿ ਤੋ ਤਿੰਨ ਲੋਕ ਕੀ ਬਾਤਾਂ ਕਹਿ। ਤਿੰਨ ਲੋਕਾਂ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਫਿਰ ਸਤੋ ਗੁਣੀ ਮਨੁੱਖ। ਐਸੀ ਦਿਵ ਦ੍ਰਿਸ਼ਟੀ ਨੂੰ ਹਾਸਲ ਹੋ ਜਾਂਦੀ ਹੈ ਕਮਾਈ ਵਿੱਚੋਂ। ਇਸ ਕਰਕੇ ਕਹਿੰਦੇ ਇਹ ਸਤੋ ਗੁਣ ਦੀ ਅਵਸਥਾ ਹੈ, ਸਤੋ ਗੁਣ ਦੀਆਂ ਨਿਸ਼ਾਨੀਆਂ ਹਨ। ਕਬ ਮਨ ਟਿਕੈ ਡੋਲ ਕਬ ਧਾਵੈ। ਹੁਣ ਅਗਲੀ ਗੱਲ ਦੱਸਦੇ ਆ, ਕਦੇ ਮਨ ਟਿਕ ਜਾਏ। ਬਾਣੀ ਪੜ੍ਹਦਿਆਂ ਪੜ੍ਹਦਿਆਂ ਕਹਿੰਦਾ ਵੀ ਅੱਜ ਮਨ ਟਿਕ ਗਿਆ, ਇੰਨਾ ਸਮਾਂ ਟਿਕਿਆ, ਅਤੇ ਫਿਰ ਕਦੇ ਡੋਲ ਜਾਏ, ਮਨ ਉੱਖੜ ਜਾਏ। ਡੋਲ ਦਾ ਮਤਲਬ ਹੁੰਦਾ ਉੱਖੜ ਜੇ, ਅਤੇ ਕਦੇ ਮਨ ਐਨ ਬੇਚੈਨ ਹੋ ਜੇ, ਚਾਰੇ ਪਾਸੇ ਦੌੜਦਾ ਫਿਰੇ, ਇੱਕ ਪਲ ਵੀ ਨਾ ਟਿਕੇ। ਇਹੀ ਰਾਜਸੀ ਗੁਣ ਅਧਕਾਵੈ। ਇਹ ਰਜੋ ਗੁਣ ਤੁਹਾਡੇ ਅੰਦਰ ਬਹੁਤਾ ਆ ਗਿਆ, ਭਾਵ ਰਜੋ ਗੁਣ ਦੀ ਨਿਸ਼ਾਨੀ ਹੈ। ਰਜੋ ਗੁਣ ਨੇ ਸਤੋ ਗੁਣ ਦੀ ਥਾਂ ਤੇ ਆਪਣੀ ਥਾਂ ਮੱਲ ਲਈ ਹੈ। ਜੇ ਨਹਿ ਠਹਿਰੈ ਸਮਝ ਨਾ ਆਵੈ। ਹੁਣ ਸੁਣੋ, ਬਾਣੀ ਸੁਣਦਿਆਂ, ਬਾਣੀ ਪੜ੍ਹਦਿਆਂ, ਸੰਗਤ ਕਰਦਿਆਂ, ਸੰਗਤ ਵਿੱਚ ਬੈਠਿਆਂ, ਮਨ ਜੇ ਬਿਲਕੁਲ ਹੀ ਨਹੀਂ ਰੁਕਦਾ ਔਰ ਸਮਝ ਨਹੀਂ ਕੋਈ ਵੀ ਆਉਂਦੀ, ਨਾ ਬਾਣੀ ਦੀ, ਨਾ ਕਥਾ ਦੀ, ਨਾ ਗੁਰਮਤ ਦੀ ਵਿਚਾਰ ਦੀ। ਇਹੀ ਤਾਮਸੀ ਗੁਣ ਵਰਤਾਵੈ। ਇਹ ਕਹਿੰਦੇ ਤਾਮਸੀ ਗੁਣ ਤੁਹਾਡੇ ਅੰਦਰ ਭਾਰੂ ਹੋ ਗਿਆ, ਤਮੋ ਗੁਣ ਨੇ ਤੁਹਾਨੂੰ ਸਭ ਕਾਸੇ ਤੋਂ ਖਾਲੀ ਕਰ ਦਿੱਤਾ, ਤਮੋ ਗੁਣ ਆ ਗਿਆ ਅਤੇ ਇਹ ਗੱਲਾਂ ਬਿਲਕੁਲ ਦੂਰ ਹੋ ਗਈਆਂ ਜਿਹੜੀਆਂ ਚੰਗੀਆਂ ਸਨ। ਸਤਗੁਣ ਤੇ ਬ੍ਰਿਤ ਹੋਏ ਇਕਾਗਰ। ਸਤੋ ਗੁਣ ਕਰਕੇ ਬਿਰਤੀ ਇਕਾਗਰ ਹੁੰਦੀ ਹੈ। ਪ੍ਰਾਪਤ ਆਤਮ ਗਿਆਨ ਉਜਾਗਰ। ਆਤਮ ਗਿਆਨ ਪਰਮੇਸ਼ਰ ਦਾ ਗਿਆਨ, ਫਿਰ ਪ੍ਰਤੱਖ ਉਹਨਾਂ ਨੂੰ ਸਤੋ ਗੁਣ ਵਿੱਚ ਜਿੰਨੀ ਬਿਰਤੀ ਜੁੜ ਜਾਏ ਉਨੀ ਛੇਤੀ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਧਾਰੋ ਸੂਰ ਸੁਨੋ ਕਰ ਪ੍ਰੀਤ। ਇਹ ਸੂਰਮਿਓ, ਤੁਸੀਂ ਸ਼ਸਤਰ ਧਾਰੀ ਗੁਰਸਿੱਖ ਹੋ, ਪ੍ਰੀਤੀ ਕਰਕੇ ਮਹਾਰਾਜ ਕਹਿੰਦੇ ਸੁਣਨਾ ਕਰੋ। ਵਹਿਰ ਬੈਰੀਆਂ ਲੈ ਇੱਕ ਜੀਤ। ਇੱਕ ਤਾਂ ਸੂਰਮੇ ਹੁੰਦੇ ਜਿਹੜੇ ਬਾਹਰਲੇ ਵੈਰੀਆਂ ਨੂੰ ਜੰਗ ਕਰਕੇ ਜਿੱਤ ਲੈਂਦੇ ਐ। ਤਿੰਨ ਕੋ ਜਸ ਢਾਡੀ ਬਹੁ ਗਾਵੈ। ਉਹਨਾਂ ਦਾ ਜਸ ਢਾਡੀ ਗਾਉਂਦੇ ਆ, ਸੰਸਾਰ ਵਿੱਚ ਉਹਨਾਂ ਦੀ ਸਿਫਤ ਹੁੰਦੀ ਹੈ। ਆਪਾਂ ਵੀ ਯੋਧਿਆਂ ਦਾ, ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੀ ਯਾਦ ਵਿੱਚ। ਇਹਨਾਂ ਦਾ ਜਸ, ਮਹਾਂਪੁਰਖਾਂ ਦਾ ਜਸ, ਜੂਨ 84 ਦੇ ਸ਼ਹੀਦਾਂ ਦਾ ਜਸ, ਜਿੰਨਾ ਚਿਰ ਦੁਨੀਆਂ ਰਹਿਣੀ ਉਹਨਾਂ ਚਿਰ ਦੁਨੀਆਂ ਨੇ ਗਾਉਣਾ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ
ਧਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰੈ ਦੇਹ ਅਨਿਤ ਨ ਨਿਤ ਰਹੈ ਜਸਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਹੈ ਤਨ ਬੁੱਧ ਸੁਦੀਪਕ ਜਿਉਂ ਜਿਆਰੈ ਗਿਆਨੈ ਕੀ ਵੰਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੈ ਧੰਨ ਉਹਨਾਂ ਦਾ ਜੀਵਨ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਜਸ ਦੁਨੀਆਂ ਗਾਉਂਦੀ ਹੈ ਢਾਡੀ ਗਾਉਂਦੇ ਹੈ ਕੇਤਕ ਦਿਨ ਲਓ ਜਗ ਪ੍ਰਗਟਾਵੈ ਕਿੰਨੇ ਕੁ ਦਿਨ ਕਹਿੰਦੇ ਸਦਾ ਲਈ ਦੁਨੀਆਂ ਵਿੱਚ ਉਹਨਾਂ ਦੀ ਮਹਿਮਾ ਹੁੰਦੀ ਰਹਿੰਦੀ ਹੈ ਇੱਕ ਮਨ ਰਿਪ ਕੋ ਜੀਤਨ ਕਰੈ ਇੱਕ ਸਾਧੂ ਹੈ ਜਿਨ੍ਹਾਂ ਨੇ ਮਨ ਰੂਪ ਵੈਰੀ ਨੂੰ ਜਿੱਤ ਲਿਆ ਭਗਤੀ ਨਾਮ ਜਪ ਜਪ ਕੇ ਭਗਤੀ ਕਰਕੇ ਸੇਵਾ ਕਰਕੇ ਤਿੰਨ ਜਸ ਵੇਦ ਸੰਤ ਨਿਤ ਉਹਨਾਂ ਦਾ ਜਸ ਵੇਦ ਵੀ ਗਾਉਂਦੇ ਆ ਤੇ ਸੰਤ ਵੀ ਉਹਨਾਂ ਦਾ ਜਸ ਕਰਦੇ ਆ ਹਮੇਸ਼ਾ ਸੁਣ ਸਾਈਂ ਦਿੱਤਾ ਸੇ ਸਾਧ ਇਹ ਭਾਈ ਸਾਈਂ ਦਿੱਤਾ ਸਾਧੂ ਸੁਣ ਲੈ ਧਿਆਨ ਦੇ ਨਾਲ ਮਹਾਰਾਜ ਕਹਿੰਦੇ ਮਨ ਜੁਤ ਲਿਹੇ ਰਿਖੀ ਕਨ ਸਾਧ ਕਹਿੰਦੇ ਆਪਣੀਆਂ ਇੰਦਰੀਆਂ ਨੂੰ ਵੀ ਆਪਣੇ ਮਨ ਨੂੰ ਵੀ ਸਾਧ ਲੈ ਇੰਦਰੀਆਂ ਦਾ ਕੀ ਸਾਧਣਾ ਜ਼ਬਾਨ ਨਾਲ ਨਿੰਦਿਆ ਕਰਨੀ ਛੱਡ ਦੋ ਤਮੋ ਗੁਣ ਦਾ ਪ੍ਰਭਾਵ ਹਟ ਜਾਏਗਾ ਅੱਖਾਂ ਨਾਲ ਪਰਾਇਆ ਰੂਪ ਦੇਖਣਾ ਛੱਡ ਦਿਓ ਕੰਨਾਂ ਨਾਲ ਚੁਗਲੀ ਸੁਣਨੀ ਛੱਡ ਦਿਓ ਹੱਥਾਂ ਨਾਲ ਸਾਧ ਸੰਗਤ ਦੀ ਚੋਰੀ ਜਾਰੀ ਛੱਡ ਦਿਓ ਪੈਰਾਂ ਨਾਲ ਕੁਸੰਗਤ ਵੱਲੋਂ ਜਾਣਾ ਆਪਣੇ ਆਪ ਨੂੰ ਰੋਕ ਲਓ ਇਹ ਆਪਣੀਆਂ ਰਿਖੀਕਨ ਇੰਦਰੀਆਂ ਨੂੰ ਸਾਧਣਾ ਇਹ ਸਾਧਣਾ ਪੈਂਦਾ ਇਹਨਾਂ ਨੂੰ ਰੋਕ ਕੇ ਰੱਖਣਾ ਪੈਂਦਾ ਔਰ ਮਨ ਨੂੰ ਵੀ ਰੋਕ ਕੇ ਰੱਖਣਾ ਹੈ ਬੁਰੇ ਖਿਆਲਾਂ ਵੱਲੋਂ ਤੁਲਸਾ ਸੁਣੋ ਭਗਤ ਸੇ ਦਾਸ ਇਹ ਸਾਈਂ ਦਿੱਤਾ ਤੂੰ ਆਪਣੇ ਮਨ ਨੂੰ ਤੇ ਇੰਦਰੀਆਂ ਨੂੰ ਸਾਧ ਇਹ ਭਾਈ ਤੁਲਸਾ ਤੂੰ ਪਰਮੇਸ਼ਰ ਦੀ ਭਗਤੀ ਕਰਕੇ ਉਹਦਾ ਵਾਹਿਗੁਰੂ ਦਾ ਦਾਸ ਬਣ ਜਾ ਭਗਤ ਬਣ ਜਾ ਰਾਮ ਨਾਮ ਬਿਨ ਬਾਦਨ ਸਵਾਸ ਜਿਹੜੇ ਸਵਾਸ ਆਉਂਦੇ ਆ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਵੀ ਸਵਾਸ ਤੇਰਾ ਬਿਰਥਾ ਨਾ ਜਾਏ ਜਦੋਂ ਤੂੰ ਇੰਨੀ ਸਾਧਨਾ ਕਰ ਲਈ ਫਿਰ ਤੂੰ ਵਾਹਿਗੁਰੂ ਦਾ ਦਾਸ ਬਣ ਜਾਏਗਾ ਤੈਨੂੰ ਦੁਨੀਆ ਭਗਤ ਕਹੇਗੀ ਭਗਤ ਬਣ ਜਾ ਭਗਤੀ ਕਰਕੇ ਹਿਰਦੇ ਸ਼ਾਂਤ ਕੀ ਗੁਣ ਬਿਰਧਾਵੋ ਹਿਰਦੇ ਵਿੱਚ ਸਤੋ ਗੁਣ ਨੂੰ ਵਧਾਉਣਾ ਹੈ ਹਮੇਸ਼ਾ ਸ਼ਾਂਤ ਗਿਆਨ ਦਾ ਤਬ ਤੁਮ ਪਾਵੋ ਤਾਂ ਫਿਰ ਸ਼ਾਂਤੀ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਤੁਸੀਂ ਕਰੋਗੇ ਪਾਛਲ ਰਾਤ ਮੋਹ ਕੋ ਜਾਲ ਪਿਛਲੀ ਰਾਤ ਮੋਹ ਨੂੰ ਸਾੜ ਦੇਣਾ ਮੋਹ ਨੂੰ ਛੱਡ ਦੇਣਾ ਤਿਆਗ ਦੇਣਾ ਹੈ ਸਿੱਖ ਜਾਗਤ ਹੈ ਨਾਮ ਸੰਭਾਲ ਅੰਮ੍ਰਿਤ ਵੇਲੇ ਸਿੱਖ ਜਾਗਦਾ ਨਾਮ ਦੀ ਸੰਭਾਲ ਕਰਦਾ ਨਾਮ ਜਪਦਾ ਹੈ ਸ਼ੁੱਧਤ ਨਗਨ ਕੋ ਦੇਖ ਨਾਹੀਂ ਗੁਰੂ ਕਾ ਸਿੱਖ ਕਦੇ ਭੁੱਖੇ ਨੂੰ ਕਦੇ ਨੰਗੇ ਨੂੰ ਆਪਣੀਆਂ ਅੱਖਾਂ ਨਾਲ ਜੇ ਕਰਕੇ ਦੇਖਦਾ ਹੈ ਕਰਹਿ ਕਾਮਨਾ ਪੂਰਨ ਤਾਹੀਂ ਭੁੱਖੇ ਨੂੰ ਪ੍ਰਸ਼ਾਦਾ ਛਕਾਵੇ ਨੰਗੇ ਨੂੰ ਬਸਤਰ ਦਵੇ ਉਹਦੀ ਇਹ ਕਾਮਨਾ ਪੂਰੀ ਕਰੇ ਜ਼ਰੂਰ ਇੱਕ ਤੇ ਜੇ ਨਾ ਕਾਮਨਾ ਪੂਰੈ ਹੁਣ ਸੁਣੋ ਕਹਿੰਦੇ ਇੱਕ ਬੰਦਾ ਮਿਲ ਕੇ ਜੇ ਇਹ ਕੰਮ ਨਹੀਂ ਕਿਸੇ ਦਾ ਭਲਾ ਕਾਰਜ ਕਿਸੇ ਦਾ ਭਲਾ ਨਹੀਂ ਕਰ ਸਕਦਾ ਇਕੱਲਾ ਵਿਚਾਰੇ ਕੋਲੇ ਸਮਰੱਥਾ ਨਹੀਂ ਹੈ ਸਭ ਮਿਲ ਕਰ ਤਿਸ ਦੈਬੋ ਕਰੈ ਕਹਿੰਦੇ ਫਿਰ ਸਾਰੇ ਮਿਲ ਕੇ ਮਹਾਰਾਜ ਕਹਿੰਦੇ ਸਾਰੇ ਸਿੱਖ ਕਿਣਕਾ ਕਿਣਕਾ ਪਾ ਕੇ ਮਿਲ ਕੇ ਸਾਰੇ ਸੇਵਾ ਕਰ ਦਿਓ ਭੁੱਖਿਆਂ ਨੂੰ ਅੰਨ ਦਿਓ ਨੰਗਿਆਂ ਨੂੰ ਬਸਤਰ ਦਿਓ ਜੇ ਇੱਕ ਇਕੱਲਾ ਨਹੀਂ ਕਰਦਾ ਸਾਰੇ ਹਿੱਸਾ ਪਾ ਦਿਓ ਮਹਾਰਾਜ ਦਾ ਅੱਜ ਵੀ ਆਪਾਂ ਮੱਸਿਆ ਪੁੰਨਿਆ ਸੰਗਰਾਂਦ ਗੁਰਪੁਰਬਾਂ 'ਤੇ ਸ਼ਹੀਦਾਂ ਦੇ ਦਿਹਾੜਿਆਂ 'ਤੇ ਲੰਗਰ ਲਾਈਦੇ ਆ ਨਾ ਪਿੰਡ ਵਿੱਚ ਬੇਨਤੀ ਕਰੀਦੀ ਆ ਭਾਈ ਸਾਰੇ ਕਿਣਕਾ ਕਿਣਕਾ ਹਿੱਸਾ ਪਾ ਸਾ ਤਾਂ ਕਿ ਸਾਰਿਆਂ ਦਾ ਹਿੱਸਾ ਵੀ ਪੈ ਜਾਏ ਸਾਰਿਆਂ ਵੱਲੋਂ ਸਾਂਝੀ ਸੇਵਾ ਵੀ
ਅਤੇ ਸਾਰਿਆਂ ਨੂੰ ਇਸ ਸੇਵਾ ਵਿੱਚੋਂ ਸਾਂਝੀ ਬਰਕਤ ਵੀ ਮਿਲੇਗੀ। ਇਹ ਗੁਰੂ ਘਰ ਵਿੱਚੋਂ ਦੁਬਾਰਾ ਤੁਹਾਡੇ ਘਰ ਵਿੱਚ ਹੀ ਆ ਜਾਣੀਆਂ ਬਖਸ਼ਿਸ਼ਾਂ ਮੁੜ ਕੇ, ਤੁਹਾਡੇ ਘਰ ਵਿੱਚ ਹੀ ਬਰਕਤਾਂ ਆ ਜਾਣੀਆਂ ਜਿੰਨੀ ਜਿੰਨੀ ਕੋਈ ਸੇਵਾ ਕਰੇਗਾ। ਇਉਂ ਸਾਰੇ ਮਿਲ ਕੇ ਸੇਵਾ ਕਰਨ, ਮਹਾਰਾਜ ਕਹਿੰਦੇ ਸਤ ਸੰਗਤ ਮਗਵਾ ਸਮ ਹੋਏ। ਮਹਾਰਾਜ ਕਹਿੰਦੇ ਜਿਹੜੀ ਸੰਗਤ ਹੈ ਨਾ, ਇਹ ਬੱਦਲ ਦੀ ਤਰ੍ਹਾਂ ਮੰਨੀ ਜਾਂਦੀ ਹੈ। ਸਤਿਗੁਰੂ ਕਹਿੰਦੇ ਸੰਗਤ ਦਾ ਇੰਨਾ ਵੱਡਾ ਮਹਾਤਮ ਹੈ, ਨੀਵੇਂ ਹੋਏ ਕਰ ਬਰਖਤ ਸੋਏ। ਜਿਵੇਂ ਬੱਦਲ ਨੀਵੇਂ ਹੋ ਕੇ ਕੀ ਕਰਦੇ ਆ, ਜਦੋਂ ਨੀਵੇਂ ਬੱਦਲ ਥੱਲੇ ਨੂੰ ਆਉਂਦੇ ਉਦੋਂ ਵਰਖਾ ਕਰਕੇ ਜਾਂਦੇ ਆ। ਖੇਤੀਆਂ ਹਰੀਆਂ ਭਰੀਆਂ, ਬਿਰਛ ਹਰੇ ਭਰੇ, ਧਰਤੀ ਐਨ ਜਲ ਥਲ ਹੋ ਕੇ ਠੰਡੀ ਠਾਰ ਹੋ ਜਾਂਦੀ ਹੈ। ਇਵੇਂ ਸੰਗਤ ਦੇ ਵਿੱਚ ਸਾਰੇ ਮਿਲ ਕੇ ਨਿਮਰਤਾ ਧਾਰ ਕੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਲੋੜਵੰਦਾਂ ਦੀ ਸੇਵਾ ਦੇ ਵਿੱਚ ਆਪਣਾ ਧਨ ਆਪਣਾ ਪਦਾਰਥ ਜਦੋਂ ਵਰਖਾ ਦੇ ਰੂਪ ਦੇ ਵਿੱਚ ਲਿਆ ਕੇ ਲੋੜਵੰਦਾਂ ਦੀ ਸੇਵਾ ਵਿੱਚ ਲੋੜਵੰਦਾਂ ਉੱਤੇ ਵਰਖਾ ਕਰੋਂਗੇ ਭਾਵ ਵਰਸਾਓਗੇ ਤਾਂ ਕਹਿੰਦੇ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਸੰਗਤ ਨੂੰ ਕਿਤੇ ਕਾਮ ਧੇਨ ਗਊ ਕਿਹਾ, ਕਿਤੇ ਸੰਗਤ ਨੂੰ ਕਲਪ ਬਿਰਛ ਕਿਹਾ, ਕਿਤੇ ਸੰਗਤ ਨੂੰ ਬੱਦਲ ਕਿਹਾ। ਜਿਵੇਂ ਬੱਦਲ ਪਾਣੀ ਦੀ ਵਰਖਾ ਕਰਦਾ, ਪਾਣੀ ਕੀ ਕਰਦਾ, ਸ਼ੀਤਲਤਾ ਦਿੰਦਾ। ਸੰਗਤ ਵੀ ਭਾਈ ਸਾਰਿਆਂ ਨੂੰ ਸ਼ੀਤਲਤਾ ਦਿੰਦੀ ਹੈ, ਦੁੱਖ ਕੱਟ ਦਿੰਦੀ ਹੈ। ਇਉਂ ਬਈ ਸੰਗਤ ਬੱਦਲ ਦੀ ਤਰ੍ਹਾਂ ਸਾਰੇ ਬਖਸ਼ਿਸ਼ਾਂ ਨੂੰ ਵਰਸਾਉਂਦੀ ਹੈ। ਸੰਗਤ ਵਿੱਚੋਂ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਦੁਨੀਆਂ ਦੇ ਸੁੱਖ ਵੀ ਪਰਮਾਰਥਕ ਸੁੱਖ ਵੀ ਸੰਗਤ ਵਿੱਚੋਂ ਹੀ ਵਰਖਾ ਦੇ ਰੂਪ ਵਿੱਚ ਵਰਸਦੇ ਹਨ, ਭਾਵ ਪ੍ਰਾਪਤ ਹੁੰਦੇ ਹੈ। ਦੋਏ ਸਮੇਂ ਧਰਮਸ਼ਾਲਾ ਜਾਵੋ, ਦੋਨੋਂ ਸਮੇਂ ਗੁਰੂ ਘਰ ਵਿੱਚ ਜਾਣਾ ਕਰੋ ਗੁਰਸਿੱਖੋ। ਪਰਬ ਦਿਵਸ ਗੁਰ ਦੇਖਣ ਆਵੋ, ਜਿਹੜਾ ਗੁਰੂ ਦਾ ਪੁਰਬ ਹੈ, ਜਿਹੜੇ ਗੁਰੂ ਦੇ ਦਿਹਾੜੇ ਹੈ, ਗੁਰਪੁਰਬਾਂ ਉੱਤੇ ਗੁਰੂ ਘਰ ਦੇ ਦਿਹਾੜਿਆਂ ਉੱਤੇ, ਮੱਸਿਆ ਪੁੰਨਿਆ ਸੰਗਰਾਂਦ ਸ਼ਹੀਦੀ ਦਿਹਾੜਿਆਂ ਉੱਤੇ ਗੁਰੂ ਦੇ ਦਰਸ਼ਨ ਕਰਨ ਜ਼ਰੂਰ ਆਉਣਾ। ਤਾਂ ਹੀ ਸੰਗਤਾਂ ਹਰਿਮੰਦਰ ਸਾਹਿਬ ਜਾਂਦੀਆਂ ਨਾ, ਤਰਨ ਤਾਰਨ ਸਾਹਿਬ ਜਾਂਦੀਆਂ, ਇਹ ਸਤਿਗੁਰੂ ਜੀ ਦੇ ਹੁਕਮ ਹਨ। ਦੀਪਮਾਲ ਵੈਸਾਖੀ ਜਾਣ, ਜਦੋਂ ਦੀਵਾਲੀ ਦਾ ਦਿਹਾੜਾ ਜਿਹਨੂੰ ਦੀਪਮਾਲਾ ਕਿਹਾ, ਵੈਸਾਖੀ ਦਾ ਦਿਹਾੜਾ ਜਾਣੋ, ਭਾਵ ਵਿਸਾਖੀ ਆਈ ਹੈ। ਆਨ ਸੁਦਾਸਰ ਕਰੋ ਇਸ਼ਨਾਨ, ਕਹਿੰਦੇ ਅੰਮ੍ਰਿਤਸਰ ਸਾਹਿਬ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਨਾ ਔਰ ਦਰਸ਼ਨ ਕਰਨੇ ਆ ਗੁਰੂ ਸਾਹਿਬ ਦੇ। ਇਸ ਕਰਕੇ ਸਤਿਗੁਰੂ ਦੇ ਦਰ ਦੀਆਂ ਸੇਵਾਵਾਂ ਕਰਨੀਆਂ ਹਨ। ਪੁਰ ਸੁਲਤਾਨ ਮੇਲ ਸਿੱਖ ਭਾਰਾ, ਸੁਲਤਾਨਪੁਰ ਸਾਹਿਬ ਦੇ ਬਹੁਤ ਸਿੱਖ ਸਨ, ਵੱਡੀ ਗਿਣਤੀ ਦੇ ਭਾਰੀ ਸਿੱਖ ਸਨ ਸਤਿਗੁਰਾਂ ਦੇ ਪਿਆਰੇ। ਕਰਿਓ ਗੁਰੂ ਨੇ ਭਗਤ ਭੰਡਾਰਾ, ਗੁਰੂ ਸਾਹਿਬ ਨੇ ਭਗਤੀ ਦਾ ਭੰਡਾਰਾ ਖੁੱਲ੍ਹਾ ਸੁਲਤਾਨਪੁਰ ਸਾਹਿਬ ਦੀਆਂ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਜੀ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਸੋ ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ ਹੈ। ਸੋ ਮਹਾਂਪੁਰਖਾਂ ਦਾ ਥੋੜ੍ਹਾ ਜਿਹਾ ਜੀਵਨ ਤੁਹਾਡੇ ਸਨਮੁਖ ਰੱਖਿਆ ਸੀ। ਦਰਬਾਰ ਸਾਹਿਬ ਦੇ ਅੰਦਰ ਉਹ ਸਿੰਘ ਸ਼ਹੀਦ ਹੋਏ, ਐਵੇਂ ਨਿਸ਼ਾਦ ਸਿੰਘ ਜੀ, ਸਮੇਂ ਦੀਆਂ ਹਕੂਮਤਾਂ ਨਾਲ ਲੋਹਾ ਲਿਆ ਜਾਂਦਾ, ਜੇ ਅੰਦਰ ਗੁਰੂ ਦੇ ਸ਼ਬਦ ਦੀ ਬਾਣੀ ਦੀ ਤਾਕਤ ਨਹੀਂ ਨਾ, ਤਾਂ ਬੰਦਾ ਸਾਧ ਸਿੰਘ ਜੀ ਕਿਸੇ ਵੀ ਦੁੱਖ ਨੂੰ ਝੱਲ ਨਹੀਂ ਸਕਦਾ, ਮਨ ਇੰਨਾ ਕਮਜ਼ੋਰ ਹੋ ਜਾਂਦਾ। ਉਹ ਸਿੰਘ ਜਿਨ੍ਹਾਂ ਨੇ ਦਰਬਾਰ ਸਾਹਿਬ ਸ਼ਹਾਦਤਾਂ ਦਿੱਤੀਆਂ ਨਾ, ਉਹ ਆਮ ਮਾਮੂਲੀ ਸਿੰਘ ਨਹੀਂ ਸਨ, ਉਹ ਸਾਧਾਰਨ ਮਨੁੱਖ ਨਹੀਂ ਸਨ। ਉਹਨਾਂ ਨੇ ਸਾਧ ਸੰਗਤ ਜੀ
ਕਿਸੇ ਨੇ 51-51 ਡਬਜੀ ਸਾਹਿਬ ਦੇ ਅਭਿਆਸੀ ਸਨ, ਕੋਈ 101 ਡਬਜੀ ਸਾਹਿਬ ਦਾ ਪਾਠਕ ਸੀ, ਅਭਿਆਸੀ ਸੀ, ਕੋਈ ਲੰਗਰਾਂ ਵਿੱਚ ਸੇਵਾ ਕਰਨ ਵਾਲੇ, ਕੋਈ ਜੋੜੇ ਝਾੜਨ ਵਾਲੇ, ਕੋਈ ਝਾੜੂ ਦੇਣ ਵਾਲੇ। ਉਹ ਸਿੰਘ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਸ਼ਨਾਨ ਦੀ ਜਦੋਂ ਸੰਗਤਾਂ ਦੁੱਧ ਨਾਲ ਸੇਵਾ ਕਰਵਾਉਂਦੀਆਂ, ਲੱਕ ਮੰਨ ਕੇ ਸੇਵਾ ਵੀ ਕਰਦੇ ਸਨ। ਅਕਾਲ ਤਖਤ ਸਾਹਿਬ ਜੀ ਦਾ ਇਸ਼ਨਾਨ ਕਰਾਉਣ ਵਿੱਚ ਉਹਨਾਂ ਸਿੰਘਾਂ ਨੇ ਲੱਕ ਬੰਨ੍ਹ ਕੇ ਲੱਗਣਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਾਸ ਇੱਕ ਸਿੰਘ ਆਇਆ, ਉਹਨੇ ਕਿਹਾ, ਮਹਾਰਾਜ ਮੈਨੂੰ ਦਮੇ ਦਾ ਰੋਗ ਹੈ, ਟੀਬੀ ਦੀ ਬਿਮਾਰੀ ਹੈ। ਕਹਿੰਦੇ ਕੀ ਵੇਖਦਾ, ਜਾ ਕੇ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਵੱਡਾ ਵੈਦ ਡਾਕਟਰ ਦੁਨੀਆਂ ਵਿੱਚ ਕੋਈ ਨਹੀਂ। ਸੱਤ ਬਚਨ ਮੰਨ ਕੇ ਉਹ ਸਿੰਘ ਨੇ ਜਾ ਕੇ ਇਸ਼ਨਾਨ ਕੀਤਾ ਤਾਂ ਸਾਧ ਸਿੰਘ ਜੀ ਉਹਦੀ ਟੀਬੀ ਦੀ ਦਮੇ ਦੀ ਬਿਮਾਰੀ ਖੰਭ ਲਾ ਕੇ ਉੱਡ ਗਈ। ਇੰਨਾ ਉਹਨਾਂ ਦਾ ਭਰੋਸਾ ਸਤਿਗੁਰੂ ਦੇ ਚਰਨਾਂ ਵਿੱਚ। ਉਸ ਦਿਨ ਉਹਨਾਂ ਨੇ ਬਚਨ ਕੀਤੇ ਸਨ ਕਿ ਕੋਈ ਵੀ ਸਿੰਘ ਅੱਜ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰ ਲਵੇ, ਜਿਹੜਾ ਜਿਹੜਾ ਵੀ ਰੋਗ ਲੱਗਾ ਹੋਏਗਾ ਉਹਦਾ ਸਾਰਾ ਰੋਗ ਕੱਟਿਆ ਜਾਏਗਾ, ਸਾਰੀਆਂ ਬਿਮਾਰੀਆਂ ਉਹਦੀਆਂ ਦੂਰ ਹੋ ਜਾਣਗੀਆਂ। ਸਾਰੇ ਸਿੰਘਾਂ ਨੇ ਜਾ ਕੇ ਵਾਰੋ ਵਾਰੀ ਇਸ਼ਨਾਨ ਕੀਤਾ। ਸਿੰਘ ਸਾਹਿਬ ਜਸਵੰਤ ਸਿੰਘ ਜੀ ਅੱਜ ਵੀ ਮਜ਼ਬੂਤ ਹਨ, ਮੰਜੀ ਸਾਹਿਬ ਕਥਾ ਕਰਦੇ ਰਹੇ, ਉਹਨਾਂ ਨੂੰ ਪੁੱਛ ਲਓ, ਉਹਨਾਂ ਨੂੰ ਵੀ ਇਹੋ ਜਿਹੇ ਕਾਰਨ ਸੀ ਸਰੀਰ ਉੱਤੇ। ਅਤੇ ਕਹਿੰਦੇ ਸੰਤਾਂ ਦਾ ਬਚਨ ਮੰਨ ਕੇ, ਕਹਿੰਦੇ ਤੂੰ ਕੀ ਵੇਖਦਾ, ਜਾ ਜਦੋਂ ਜਾ ਕੇ ਇਸ਼ਨਾਨ ਕੀਤਾ, ਕਹਿੰਦੇ ਮੁੜ ਕੇ ਸਾਰੀ ਜ਼ਿੰਦਗੀ ਉਸ ਬਿਮਾਰੀ ਦਾ ਕਦੇ ਦਵਾਈ ਨਹੀਂ ਖਾਧੀ, ਨੇੜੇ ਨਹੀਂ ਆਈ ਅੱਜ ਤੱਕ, ਐਸੀ ਕਿਰਪਾ ਹੋਈ। ਸੋ ਸਾਧ ਸੰਗਤ ਜੀ ਉਹਨਾਂ ਦੇ ਭਰੋਸੇ ਸਨ, ਉਹਨਾਂ ਦਾ ਸਿਦਕ ਸੀ, ਉਹਨਾਂ ਨੂੰ ਬਾਣੀ ਉੱਤੇ ਗੁਰੂ ਦੇ ਚਰਨਾਂ ਉੱਤੇ ਵਿਸ਼ਵਾਸ ਸੀ, ਤਾਂ ਹੀ ਉਹਨਾਂ ਨੇ ਐਡੀਆਂ ਵੱਡੀਆਂ ਹਕੂਮਤਾਂ ਦੇ ਨਾਲ ਲੋਹਾ ਲਿਆ। ਸੋ ਬਾਣੀ ਬਾਣੇ ਦੇ ਸਿਮਰਨ ਦੇ ਸੇਵਾ ਦੇ ਪੁੰਜ ਸਨ, ਕਮਾਈਆਂ ਵਾਲੇ ਗੁਰਸਿੱਖ ਸਨ, ਜਿਨ੍ਹਾਂ ਦੀ ਐਡੀ ਵੱਡੀ ਕਰਨੀ ਦੇ ਉਹ ਮਾਲਕ ਸਨ ਸਾਧ ਸੰਗਤ ਜੀ। ਜਨਰਲ ਸੁਬੇਗ ਸਿੰਘ ਜੀ ਮਹਾਂਪੁਰਖਾਂ ਪਾਸ ਜਦੋਂ ਆਏ, ਉਹਨਾਂ ਨੇ ਬੇਨਤੀ ਕੀਤੀ। ਮਹਾਂਪੁਰਖ ਕਹਿੰਦੇ, ਜਨਰਲ ਸਾਹਿਬ, ਸਾਰੀਆਂ ਸੇਵਾਵਾਂ ਤੁਹਾਡੀਆਂ ਪ੍ਰਵਾਨ, ਪਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਅਤੇ ਨਿਤਨੇਮ ਤੁਸੀਂ ਭਾਵੇਂ ਅੱਗੇ ਕਰ ਦਿਓ, ਅੱਗੇ ਨਾਲੋਂ ਦੁੱਗਣਾ ਨਿਤਨੇਮ ਕਰਿਆ ਕਰਨਾ। ਜਪਜੀ ਸਾਹਿਬ ਦੇ 21 ਪਾਠ ਰੋਜ਼ ਕਰਿਆ ਕਰਨੇ ਆ ਤੁਸੀਂ, ਅਤੇ ਬਿਨਾਂ ਨਾਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਬਿਨਾਂ ਨਾਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨੇ ਆ। ਜੋ ਤੁਹਾਡੇ ਮਨ ਦਾ ਮਨੋਰਥ ਹੈ ਆਪੇ ਸਤਿਗੁਰੂ ਨੇ ਪੂਰਾ ਕਰ ਦੇਣਾ, ਫਤਿਹ ਕਰ ਦੇਣਾ ਤੁਹਾਡਾ ਮਨ ਦਾ ਮਨੋਰਥ। ਸਾਧ ਸੰਗਤ ਜੀ, ਮਹਾਂਪੁਰਖਾਂ ਨੇ, ਜੇ ਅੱਜ ਕੱਲ੍ਹ ਦੇ ਪੜ੍ਹੇ ਲਿਖਿਆਂ ਦੀ ਗੱਲ ਕਰੀਏ, ਇਹ ਲੋਕ ਤਾਂ ਇਹ ਗੱਲਾਂ ਕਰਦੇ ਆ, ਬਾਣੀ ਪੜ੍ਹਨ ਦਾ ਕੀ ਫਾਇਦਾ, ਇਹ ਤਾਂ ਬ੍ਰਾਹਮਣਵਾਦ ਹੈ, ਮੱਥਾ ਟੇਕਣ ਦਾ ਕੀ ਲਾਭ ਹੈ, ਇਹ ਤਾਂ ਬ੍ਰਾਹਮਣਵਾਦ ਹੈ। ਮਹਾਂਪੁਰਖਾਂ ਨੂੰ ਪਤਾ ਸੀ ਇਹ ਫੌਜ ਦਾ ਜਰਨਲ ਹੈ, ਇਹ ਸਿੱਖਾਂ ਦੀ ਫੌਜ ਵਿੱਚ ਆਪਣੀ ਸੇਵਾ ਕਰਨ ਆਇਆ, ਇਹਦੀ ਸੇਵਾ ਤਾਂ ਪ੍ਰਵਾਨ ਹੋਣੀ ਹੈ, ਤਾਂ ਸਮੇਂ ਦੀ ਹਕੂਮਤ ਨੂੰ ਲੋਹੇ ਦੇ ਚਣੇ ਚਬਾਏ ਜਾਣੇ ਆ, ਜੇ ਬਾਣੀ ਪੜ੍ਹੇਗਾ, ਗੁਰੂ ਦੇ ਦਰਸ਼ਨ ਕਰੇਗਾ, ਹਾਜ਼ਰੀਆਂ ਭਰੇਗਾ, ਅੰਦਰੋਂ ਗੁਰੂ ਸਾਹਿਬ ਨੇ ਇਹਨੂੰ ਸ਼ਕਤੀ ਅਤੇ ਸਮਰੱਥਾ ਦੇਣੀ ਹੈ। ਤੋ ਮਹਾਂਪੁਰਖਾਂ ਨੇ ਉਹਨਾਂ ਦਾ ਮਨ ਇੰਨਾ ਮਜ਼ਬੂਤ ਕਰ ਦਿੱਤਾ, ਉਹਨਾਂ ਜਰਨੈਲਾਂ ਨੇ ਕੌਮ ਦੀ ਖਾਤਰ ਹੱਸ ਹੱਸ ਕੇ ਸ਼ਹੀਦੀਆਂ ਦਿੱਤੀਆਂ। ਸੋ ਸਾਧ ਸੰਗਤ ਜੀ, ਆਓ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ, ਨੌਜਵਾਨੋ, ਸਿੱਖੀ ਧਾਰਨ ਕਰੋ,
ਸਾਬਤ ਸੂਰਤ ਕੇਸ ਰੱਖੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਬਾਣੀ ਪੜ੍ਹੋ ਔਰ ਸੇਵਾ ਸਿਮਰਨ ਕਰੋ, ਨਿਮਰਤਾ ਭਾਵ ਵਿੱਚ ਰਹਿ ਕੇ ਵਿਚਰੋ, ਸਤ ਸੰਗਤ ਕਰੋ, ਜੋ ਸਤਿਗੁਰੂ ਤੋਂ ਮੰਗੋਗੇ ਉਹੀ ਮਿਲੇਗਾ, ਉਹੀ ਦਾਤਾਂ ਪ੍ਰਾਪਤ ਹੋਣਗੀਆਂ। ਅਸੀਂ ਉਹਨਾਂ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਣਾ ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹਾਂ, ਜੋ ਉਹਨਾਂ ਨੇ ਪੂਰਨੇ ਪਾਏ ਹੈ ਉਹਨਾਂ ਪੂਰਨਿਆਂ 'ਤੇ ਤੁਰਾਂਗੇ ਨਾ ਤਾਂ ਸਾਡੇ 'ਤੇ ਵੀ ਸ਼ਹੀਦਾਂ ਦੀਆਂ ਅਪਾਰ ਖੁਸ਼ੀਆਂ ਹੋਣਗੀਆਂ, ਅਪਾਰ ਰਹਿਮਤਾਂ ਹੋਣਗੀਆਂ, ਅਪਾਰ ਬਰਕਤਾਂ ਉਹਨਾਂ ਦੇ ਦਰ ਤੋਂ ਸਾਨੂੰ ਹਾਸਲ ਹੋਣਗੀਆਂ। ਸੋ ਸੰਗਤ ਜੀ, ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਅਤਿ ਸਨਮਾਨਯੋਗ ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ ਬੁਲਾਰੇ ਸੰਤ ਸਮਾਜ, ਸੰਤ ਬਾਬਾ ਨਵਤੇਜ ਸਿੰਘ ਜੀ ਗੁਰਦੁਆਰਾ ਚੇਲਿਆਣਾ ਸਾਹਿਬ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਸਮਾਜਿਕ ਸੇਵਾਵਾਂ ਵਿੱਚ ਉਹਨਾਂ ਮਹਾਂਪੁਰਖਾਂ ਦਾ ਵੱਡਾ ਯੋਗਦਾਨ ਹੈ, ਔਰ ਉਹਨਾਂ ਦੇ ਨਾਲ ਬਾਬਾ ਗੁਰਦੀਪ ਸਿੰਘ ਜੀ, ਮੈਂ ਦੋਨੋਂ ਹਸਤੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਾ ਕਿ ਇਹਨਾਂ ਦੋਨਾਂ ਮਹਾਂਪੁਰਖਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਉਪਰਾਲਾ ਅਤੇ ਉੱਦਮ ਕੀਤਾ। ਸੋ ਇਹਨਾਂ ਸੰਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਔਰ ਇਸ ਅਸਥਾਨ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ, ਨਗਰ ਦੀ ਪੰਚਾਇਤ ਦਾ ਵੀ ਧੰਨਵਾਦ ਕਰਦਾ, ਮਹਾਂਪੁਰਖ ਸੰਤ ਬਾਬਾ ਸੁਵਿੰਦਰ ਸਿੰਘ ਜੀ ਟਾਹਲੀ ਸਾਹਿਬ ਵਾਲੇ, ਮਹਾਂਪੁਰਖ ਸਾਡੇ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਉਹਨਾਂ ਦਾ ਸਾਡੇ ਨਾਲ ਬਹੁਤ ਵੱਡਾ ਸਾਧ ਸੰਗਤ ਜੀ, ਜਿੰਨੇ ਮਹਾਂਪੁਰਖ ਬੈਠੇ ਹੈ ਨਾ, ਇਹ ਸਾਰੇ ਮਹਾਂਪੁਰਖ ਦਮਦਮੀ ਟਕਸਾਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਸਮੇਂ ਸਹਿਯੋਗ ਦੇ ਰਹੇ, ਬਹੁਤ ਵੱਡੀਆਂ ਨਾ ਮਹਾਂਪੁਰਖਾਂ ਦੀਆਂ ਸੇਵਾਵਾਂ। ਤੁਸੀਂ ਦੇਖੋਗੇ ਹੁਣ 6 ਜੂਨ ਦੇ ਸ਼ਹੀਦੀ ਸਮਾਗਮਾਂ 'ਤੇ ਜਿੰਨੀਆਂ ਬੱਸਾਂ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲਿਆਂ ਦੇ ਅਦਾਰਿਆਂ ਵਿੱਚ ਹੈ, ਸਾਰੀਆਂ ਸਾਰੇ ਇਲਾਕੇ ਦੀ ਸੇਵਾ ਨੂੰ ਸਮਰਪਿਤ ਕਰਦੇ ਆ ਬਾਬਾ ਜੀ। ਔਰ ਸੰਤ ਬਾਬਾ ਗੁਰਭੇਟ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਲੱਕ ਬੰਨ ਕੇ ਪਿੰਡਾਂ ਦੇ ਵਿੱਚੋਂ ਸੰਗਤ ਨੂੰ ਲਿਆਉਣ ਲਈ ਵੱਡੇ ਉਪਰਾਲੇ ਕੀਤੇ ਹੋਏ ਹੈ। ਸੰਤ ਬਾਬਾ ਨਵਤੇਜ ਸਿੰਘ ਜੀ, ਸੰਤ ਬਾਬਾ ਸੁਖਵੰਤ ਸਿੰਘ ਜੀ, ਹੋਰ ਬਾਬਾ ਜੀ, ਹਾਂਜੀ, ਸੰਤ ਬਾਬਾ ਜੁਗਰਾਜ ਸਿੰਘ ਜੀ ਉਚੇਚੇ ਤੌਰ 'ਤੇ ਪਹੁੰਚੇ ਹੈ, ਸੰਤ ਬਾਬਾ ਸਵਰਨ ਸਿੰਘ ਜੀ। ਸੋ ਸਾਰੇ ਮਹਾਂਪੁਰਖਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਆਏ ਸਾਰੇ ਮਹਾਂਪੁਰਖਾਂ ਨੂੰ, ਪਤਵੰਤੇ ਸਿੰਘਾਂ ਨੂੰ ਵੀ ਬੇਨਤੀ ਹੈ, ਕੱਲ੍ਹ ਨੂੰ 11 ਵਜੇ ਸ਼ਹੀਦੀ ਸਮਾਗਮਾਂ ਦੀ ਵਿਸ਼ੇਸ਼ ਮੀਟਿੰਗ ਇਕੱਤਰਤਾ ਰੱਖੀ ਹੈ, ਉਹਦੇ ਵਿੱਚ ਵੀ ਸਾਰੇ ਮਹਾਂਪੁਰਖਾਂ ਨੇ ਪਹੁੰਚਣਾ, ਪਤਵੰਤੇ ਸਿੰਘਾਂ ਨੇ ਪਹੁੰਚਣਾ, ਪੰਜਾਬ ਭਰ 'ਚੋਂ ਵੀ ਪਤਵੰਤੇ ਮੁਖੀ ਸਿੰਘ ਆ ਰਹੇ ਹੈ। 30 ਮਈ ਨੂੰ ਆਪਾਂ ਆਪਣੇ ਇਲਾਕੇ ਦੀ ਮੀਟਿੰਗ ਪਤਵੰਤੇ ਮੁਖੀਆਂ ਦੀ, ਮਹਾਂਪੁਰਖਾਂ ਦੀ ਰੱਖੀ ਹੈ, ਜਿਹਦੇ ਵਿੱਚ ਲੰਗਰਾਂ ਛਬੀਲਾਂ ਦਾ ਔਰ ਸਾਰੇ ਸ਼ਹੀਦੀ ਸਮਾਗਮਾਂ ਦੇ ਪ੍ਰਬੰਧਾਂ ਦਾ ਇੰਤਜ਼ਾਮ ਕਰਨ ਬਾਰੇ ਵਿਚਾਰਾਂ ਹੋਣੀਆਂ, ਉਸ ਵਿੱਚ ਵੀ ਸਾਰਿਆਂ ਨੇ ਅੱਪੜਨਾ ਹੈ। ਸੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰਿਆਂ ਨੇ ਤੁਸੀਂ ਸ਼ਹੀਦੀ ਸਮਾਗਮਾਂ ਵਿੱਚ ਰੋਜ਼ਾਨਾ ਹਾਜ਼ਰੀ ਭਰਿਆ ਕਰਨੀ ਹੈ। 6 ਜੂਨ ਨੂੰ ਸਾਰਾ ਦਿਨ ਉੱਥੇ ਸ਼ਹੀਦਾਂ ਦੀ ਯਾਦ ਵਿੱਚ ਆਪਣਾ ਸਮਾਂ ਸੇਵਾ ਵਿੱਚ ਲਾਓ, ਸੰਗਤ ਵਿੱਚ ਬੈਠੋ, ਕੋਈ ਵੀ ਸੇਵਾ ਕਰੋ, ਉੱਥੇ ਆਪਾਂ ਆਪਣਾ ਸਮਾਂ ਸਫਲਾ ਕਰਨਾ ਹੈ। ਇਹ ਬੇਨਤੀਆਂ ਸਭ ਨੇ ਪ੍ਰਵਾਨ ਕਰਨੀਆਂ। ਮੈਂ ਪੱਤਰਕਾਰ ਵੀਰਾਂ ਦਾ ਵੀ
ਜਿਨ੍ਹਾਂ ਦੀ ਬੜੀ ਵੱਡੀ ਸੇਵਾ ਹੈ। ਸਰਦਾਰ ਜਗਦੀਸ਼ ਸਿੰਘ ਜੀ ਬਮਰਾ, ਕੈਪਟਨ ਜੀ ਬੈਠੇ ਆ, ਹੋਰ ਵੀ ਪੱਤਰਕਾਰ ਬੈਠੇ ਆ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਪੁਰ ਸੁਲਤਾਨ ਮੇਲ ਸਿੱਖ ਪਾਰਾ, ਕਰਿਓ ਗੁਰੂ ਨੇ ਭਗਤ ਭੰਡਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੋ